ਪੰਜਾਬ ਦੀ ਵਿਧਾਨ ਸਭਾ ਕਿਸੇ ਪਿੰਡ ਦੇ ਸ਼ਹਿਰ ਦੇ ਗਰਾਊਂਡ ਵਿੱਚ ਲੱਗਿਆ ਹੋਇਆ ਕੋਈ ਅਖਾੜੇ ਦਾ ਮੰਚ ਨਹੀਂ ਹੈ। ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਚੁਣ ਕੇ ਭੇਜੇ 117 ਨੁਮਾਇੰਦਿਆਂ ਦੀਆਂ ਕੁਰਸੀਆਂ ਹੈ। ਮੈਂ ਮਤਲਬ 2 ਮਿੰਟ, 4 ਮਿੰਟ, 5 ਮਿੰਟ, 10 ਮਿੰਟ ਚੱਲਦੀ ਸਮਝ ਆਉਂਦੀ, 4 ਘੰਟੇ ਚੱਲੀ। 4 ਘੰਟੇ ਜਿੰਦੇ ਦੇ ਆਲੇ ਦੁਆਲੇ ਘੁੰਮੀ ਗਏ। ਉਸ ਕੰਮ ਲਈ ਉਹ ਜਿੰਦਾ ਕੁੰਜੀ ਲਿਆਏ ਸੀ, ਉਸ ਕੰਮ ਲਈ ਕਾਮਯਾਬ ਹੋ ਗਏ ਕਿ ਵਿਰੋਧੀ ਧਿਰ ਜਿੰਦਾ ਕੁੰਜੀ ਜੁੜਦੀ ਰਹੀ, ਪੰਜਾਬ ਦੀ ਗੱਲ ਨਹੀਂ ਕਰ ਸਕਦੇ, ਪੰਜਾਬ ਦਾ ਸਵਾਲ ਨਹੀਂ ਕਰ ਸਕਦੀ ਜਿਸ ਸਰਕਾਰ ਨੇ ਘਿਰਨਾ ਸੀ। ਜੋ ਮਿਸਟਰ ਬਾਜਵਾ ਮੇਰੀ ਅੱਖਾਂ 'ਚ ਦੇਖ, ਉਹ ਤੇਰੀ ਉਹੀ ਪਜਾਮੀ ਹੈ, ਉਹ ਕਿਹੜੀਆਂ ਗੱਲਾਂ ਕਰਦਾ ਹੈ, ਫਿਰ ਤੇਰੇ ਸੋਨੇ ਦੇ ਬਿਸਕੁਟਾਂ ਤੱਕ ਜਾਵਾਂਗੇ ਅਸੀਂ, ਹੈ ਨਾ, ਅਤੇ ਚੋਣ ਲੜ ਲਈ, ਹੈ ਨਾ, ਬਹਿਲਾ ਅੱਧਾ ਘੰਟਾ ਇਸ ਕੁਰਸੀ 'ਤੇ, ਤੈਨੂੰ ਨਹੀਂ ਪੰਜਾਬ ਨੇ ਬਿਠਾਉਣਾ। ਹੈਲੋ ਖੈਰਾ, ਇਸੇ ਪਾਰਟੀ 'ਚ ਆ ਜੇ, ਇਹ ਮੁੱਖ ਮੰਤਰੀ ਦਾ ਤਰੀਕਾ। ਇਸੇ ਵਿਧਾਨ ਸਭਾ 'ਚ ਗੱਦੇ ਲਾ ਕੇ ਅੰਦਰ ਕਾਂਗਰਸੀ ਸੌਂਦੇ ਦੇਖੇ ਅਸੀਂ, ਅਤੇ ਦੂਏ ਦਿਨ ਅਕਾਲੀ ਕਹਿੰਦੇ ਨਹੀਂ ਜੀ, ਦਾਰੂ ਦੀਆਂ ਬੋਤਲਾਂ ਵੀ ਲੱਭ ਗਈਆਂ ਸਾਨੂੰ ਤਾਂ ਅੰਦਰੋਂ। ਦਿੱਲੀ ਵਾਲੀਆਂ ਸੀਟਾਂ ਨਾ ਲਓ, ਉਹ ਜਿਹੜੇ ਕਾਂਗਰਸ ਪਿੱਛੇ ਟੱਪਦੇ ਹੋ, ਉਹ ਤੁਹਾਡਾ ਰਾਹੁਲ ਸੋਨੀਆ ਮੇਰੇ ਨਾਲੇ ਬੈਠਦੇ ਨੇ। ਰਾਹੁਲ ਨੇ ਤਾਂ ਇੱਕ ਵਾਰ ਦੇਖਿਆ ਸੀ, ਆਪਾਂ ਹੱਥ ਨਹੀਂ ਮਿਲਾਇਆ ਸੀ। ਆਪ ਦੇਖਿਓ ਵੀਡੀਓ, ਬਿਲਕੁਲ ਵੋਟਾਂ ਵੱਧ ਜਾਣਗੀਆਂ ਮਾਨ ਸਾਹਿਬ ਦੀ, ਵਧਣਗੀਆਂ। ਸਾਡੀ ਜਨਤਾ ਕੰਨ ਰਸ ਦੀ ਆਦੀ ਆ, ਪਰ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਨੂੰ ਤਾਲੇ ਲਾਉਣ ਦਾ ਅੰਦਰੋਂ ਹੈ ਚਾਹੇ ਬਾਹਰੋਂ ਹੈ? ਕੀ ਮੁੱਖ ਮੰਤਰੀ ਕੋਲ ਅਧਿਕਾਰ ਹੈ? ਕੀ ਕਿਸੇ MLA ਕੋਲ ਅਧਿਕਾਰ ਹੈ? ਸੋ ਕੀ ਇਹ ਕਾਨੂੰਨੀ ਤੌਰ 'ਤੇ, ਸੰਵਿਧਾਨਿਕ ਤੌਰ 'ਤੇ ਸਹੀ ਹੈ? ਕੀ ਇਹਦੇ ਪਰ ਕੋਈ ਐਕਸ਼ਨ ਹੋ ਸਕਦਾ? ਪਰ ਹਕੀਕਤ ਦੱਸੋਗੇ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਹਰ ਰੋਜ਼ 50 ਕਰੋੜ ਰੁਪਈਆ ਸਿਰਫ ਵਿਆਜ ਦਾ ਤਾਰਦੇ ਹਾਂ? ਮੈਂ ਮੂਲ ਦੀ ਗੱਲ ਨਹੀਂ ਕਰ ਰਿਹਾ। 83% ਤੁਹਾਡਾ ਤਨਖਾਹ, ਪੈਨਸ਼ਨ ਅਤੇ ਬਿਜਲੀ ਸਬਸਿਡੀ, ਉਹ ਤੋਂ ਬਾਅਦ ਬੱਚਿਆ ਕਿੰਨਾ ਜੀ? 17%। 17% 'ਚੋਂ ਤੁਸੀਂ ਕਰਜ਼ਾ ਵੀ ਲਾਉਣਾ, ਵਿਆਜ ਵੀ ਲਾਉਣਾ ਅਤੇ ਪੰਜਾਬ ਦਾ ਵਿਕਾਸ ਵੀ ਕਰਨਾ। 100 ਰੁਪਏ 'ਚੋਂ ਅਸੀਂ 58 ਰੁਪਈਏ ਤਨਖਾਹ ਅਤੇ ਪੈਨਸ਼ਨ ਚਲੇ ਗਏ, 25 ਰੁਪਈਏ ਸਾਡੇ 100 ਰੁਪਏ ਦੇ ਵਿੱਚੋਂ ਸਬਸਿਡੀ ਚਲੇ ਗਏ, ਪਿੱਛੇ 17 ਰੁਪਈਏ ਬਚੇ। 17 ਨਾਲ ਪੰਜਾਬ ਦਾ ਕੀ ਭਲਾ ਹੋਊਗਾ ਅਤੇ ਕੀ ਸਾਡਾ ਕਰਜ਼ਾ ਉਤਰੂਗਾ? ਕੁੱਲ ਸਾਡੇ 'ਤੇ ਕਰਜ਼ਾ ਵਧੀ ਜਾਂਦਾ, ਤੁਸੀਂ ਵੀ ਲਈ ਜਾਂਦੇ ਹੋ, ਅਤੇ ਜੇ ਤੁਸੀਂ ਕਹਿੰਦੇ ਹੋ ਅਸੀਂ ਵਿਆਜ ਮੋੜ ਰਹੇ ਹਾਂ ਜੀ, ਪਿਛਲਿਆਂ ਦਾ ਥੋੜ੍ਹਾ ਮੋੜ ਰਹੇ ਹੋ, ਤੁਸੀਂ ਆਪ ਵੀ ਤਾਂ ਲੈ ਰਹੇ ਹੋ। ਮੈਂ ਨਹੀਂ ਕਹਿੰਦਾ ਕਿ ਸਾਰਾ ਕਰਜ਼ਾ ਤੁਸੀਂ ਉਹ ਚੱਕ ਲਿਆ। ਕਿੰਨੀ ਦੇਰ ਬਾਦਲਾਂ ਦੇ ਟੱਬਰ ਨੂੰ ਭੰਡ ਕੇ, ਕਾਂਗਰਸੀਆਂ ਨੂੰ ਭੰਡ ਕੇ, ਭਾਜਪਾ ਨੂੰ ਭੰਡ ਕੇ, ਵਿਰੋਧੀਆਂ ਨੂੰ ਭੰਡ ਕੇ, ਚੁਟਕਲੇ ਸੁਣਾ ਕੇ ਕਿੰਨੀ ਦੇਰ ਚੱਲੂਗਾ? ਕਿ 13 ਦੇ ਵਿੱਚੋਂ 7 ਥਾਵਾਂ ਦੇ ਉੱਤੇ ਲਗਭਗ ਆਪਣੀ ਹੀ ਪਾਰਟੀ ਦੀ ਪਹਿਲੀ ਪਸੰਦ ਨਹੀਂ ਬਣੇ ਮੌਜੂਦਾ MP, ਪਰ ਕਿਹੜੀ ਕਿਹੜੀ ਪਾਰਟੀ ਦਾ ਕਿਹੜਾ ਕਿਹੜਾ ਉਮੀਦਵਾਰ ਮੂਹਰੇ ਆ, ਮੈਂ ਉਹਦੇ ਹਵਾਲੇ ਨਾਲ ਗੱਲ ਕਰਦਾ। ਅੰਮ੍ਰਿਤਸਰ MP ਹੈਗੇ ਕਾਂਗਰਸ ਦੇ ਗੁਰਜੀਤ ਔਜਲਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਅੰਦਰਲੀ ਘੁੰਡੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪਿਛਲੇ ਕਈ ਦਿਨਾਂ ਦੀਆਂ ਸੁਰਖੀਆਂ ਦੇ ਉੱਤੇ ਨਜ਼ਰ ਮਾਰਨੀ ਹੈ। ਨਜ਼ਰ ਮਾਰਨੀ ਬੜੀ ਜ਼ਰੂਰੀ ਹੈ, ਗੱਲਾਂ ਬੜੀਆਂ ਜ਼ਰੂਰੀ ਨੇ ਜਿਹੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਉਹੀ ਅੱਜ ਗੱਲਾਂ ਕਰਾਂਗੇ। ਅਤੇ ਹਰ ਵਾਰ ਦੀ ਤਰ੍ਹਾਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ, ਇਸਤਕਬਾਲ ਕਰ ਲੈਂਦੇ ਹਾਂ। ਦੀਪਕ ਜੀ, ਬਹੁਤ ਬਹੁਤ ਸਵਾਗਤ। ਬਹੁਤ ਸ਼ੁਕਰੀਆ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਨਾਬ, ਬੀਤੇ ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਬਜਟ ਇਜਲਾਸ ਸੀਗਾ, ਅਤੇ ਬੜਾ ਕੁਝ ਉੱਥੇ ਦੇਖਣ ਨੂੰ ਮਿਲਿਆ ਆਪਾਂ ਨੂੰ। ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਸੀ, ਵਿਰੋਧੀ ਧਿਰਾਂ ਜਿਸ ਤਰੀਕੇ ਦੇ ਨਾਲ ਪ੍ਰਤੀਕਿਰਿਆ ਦੇ ਰਹੀਆਂ ਸੀ, ਬਾਹਰ ਆ ਕੇ MLAs ਰੋ ਰਹੇ ਨੇ ਕਿ ਸਾਨੂੰ ਨਿੱਜੀ ਟਿੱਪਣੀਆਂ ਕੀਤੀਆਂ। ਹਰਪਾਲ ਸਿੰਘ ਚੀਮਾ ਹੋਰ ਵੀ ਉੱਥੇ ਖੜ ਕੇ ਉਂਗਲਾਂ ਸਾਹਮਣੇ ਕਰਕੇ ਬੋਲਦੇ ਦਿਖਾਈ ਦਿੱਤੇ। ਚਲੋ, ਇਹ ਚੱਲਦਾ ਰਹਿੰਦਾ, ਬੋਲਣਾ ਇੱਕ ਦੂਸਰੇ ਦੇ ਉੱਤੇ, ਵਾਰ ਪਲਟਵਾਰ ਕਰਨਾ, ਉਹ ਸਭ ਕੁਝ ਚੱਲਦਾ ਰਹਿੰਦਾ ਜੀ, ਪਰ ਇਹ ਕੀ ਤਰੀਕਾ ਠੀਕ ਸੀ? ਇਹ ਦੇਖੋ,
ਅੱਜ ਆਪਾਂ ਜਦੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਦ ਪੰਜਾਬ ਦਾ ਬਜਟ ਪੇਸ਼ ਹੋ ਚੁੱਕਿਆ ਜੀ। ਬਜਟ ਦੇ ਹਵਾਲੇ ਨਾਲ ਸਾਰੇ ਮਾਧਿਅਮ ਤੋਂ ਖਬਰਾਂ ਸਾਡੇ ਦਰਸ਼ਕਾਂ ਕੋਲ ਪਹੁੰਚ ਗਈਆਂ। ਆਪਾਂ ਬਜਟ ਵਾਲੀ ਗੱਲ ਹੀ ਨਹੀਂ ਕਰਦੇ, ਠੀਕ ਹੈ ਜੀ, ਆਪਾਂ ਉੱਥੇ ਦੇ ਵਿਵਹਾਰ ਵਾਲੀ ਗੱਲ ਕਰਦੇ ਹਾਂ। ਹਾਂ ਬਿਲਕੁਲ, ਉੱਥੇ ਵਤੀਰੇ ਵਾਲੀ ਗੱਲ ਕਰਦੇ ਹਾਂ, ਤਰੀਕੇ ਵਾਲੀ ਗੱਲ ਕਰਦੇ ਹਾਂ। ਪੰਜਾਬ ਦੀ ਵਿਧਾਨ ਸਭਾ ਕਿਸੇ ਪਾਰਟੀ ਦਾ ਰਾਜਨੀਤਿਕ ਮੰਚ ਨਹੀਂ ਹੈ। ਪੰਜਾਬ ਦੀ ਵਿਧਾਨ ਸਭਾ ਕਿਸੇ ਪਿੰਡ ਦੇ ਸ਼ਹਿਰ ਦੇ ਗਰਾਊਂਡ ਵਿੱਚ ਲੱਗਿਆ ਹੋਇਆ ਕੋਈ ਖਾੜੇ ਦਾ ਮੰਚ ਨਹੀਂ ਹੈ। ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਚੁਣ ਕੇ ਭੇਜੇ 117 ਨੁਮਾਇੰਦਿਆਂ ਦੀਆਂ ਕੁਰਸੀਆਂ ਹੈ। ਮਤਲਬ ਪੰਜਾਬ ਆਪਣੇ ਗੱਲਾਂ ਕਰਨ ਲਈ, ਆਪਣੇ ਮਸਲੇ ਹੱਲ ਕਰਨ ਲਈ, ਆਪਣੀਆਂ ਸਮੱਸਿਆਵਾਂ ਦੂਰ ਕਰਨ ਲਈ, ਆਪਣੇ ਲਈ ਚੰਗੇ ਕਾਨੂੰਨ ਘੜਨ ਲਈ, ਆਪਣੇ ਲਈ ਨਿਯਮਾਵਲੀ ਬਣਾਉਣ ਲਈ 117 ਬੰਦਿਆਂ ਨੂੰ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਭੇਜਦਾ ਜੀ। ਅਤੇ ਜੇ ਉੱਥੇ ਜਾ ਕੇ ਵੀ ਕਾਮਾ ਰੋਲੀ ਪਾਉਣੀ ਹੈ ਫਿਰ ਤੁਹਾਡੀ ਲੋੜ ਕੀ ਹੈ? ਸੈਸ਼ਨ ਸ਼ੁਰੂ ਹੁੰਦਾ ਹੈ ਦੂਜਾ ਦਿਨ ਜੀ, ਕਹਿੰਦੇ ਜੀ ਪੰਜਾਬ ਦੇ ਰਾਜਪਾਲ ਸਾਹਿਬ ਦੇ ਭਾਸ਼ਣ ਦੇ ਉੱਤੇ ਧੰਨਵਾਦੀ ਮਤਾ ਲਿਆ ਕੇ ਚਰਚਾ ਕਰਨੀ ਹੈ ਜੀ। ਅਤੇ ਸੱਤਾਧਾਰੀ ਧਿਰ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਮਾਈਕ ਮਿਲਦਾ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਆ ਸਪੀਕਰ ਸਾਹਿਬ ਤੁਹਾਡੇ ਲਈ ਮੈਂ ਇੱਕ ਤੋਹਫਾ ਲੈ ਕੇ ਆਇਆ। ਲਿਫਾਫਾ ਕੱਢਦੇ ਆ, ਅਧਿਕਾਰੀ ਨੂੰ ਫੜਾਉਂਦੇ ਆ, ਅਧਿਕਾਰੀ ਸਪੀਕਰ ਸਾਹਿਬ ਤੱਕ ਪਹੁੰਚਦਾ ਕਰਦਾ ਅਤੇ ਉਹ ਲਿਫਾਫਾ ਫਾੜਿਆ ਜਾਂਦਾ, ਉਹਦੇ ਵਿੱਚੋਂ ਇੱਕ ਜਿੰਦਾ ਅਤੇ ਦੋ ਕੁੰਜੀਆਂ ਲੱਭਦੀਆਂ। ਅੱਛਾ ਜੀ। ਸਪੀਕਰ ਸਾਹਿਬ ਕਹਿੰਦੇ ਇਹ ਜੀ ਕਹਿੰਦੇ ਮੈਂ ਤਾਂ ਲਿਆ ਕਿ ਉਹ ਅੱਜ ਉਹ ਚਿੱਠੀ 'ਤੇ ਉਹ ਭਾਸ਼ਣ 'ਤੇ ਮੈਂ ਗੱਲ ਕਰਨੀ ਆ ਅਤੇ ਮੈਂ ਸੱਚ ਬੋਲੂੰਗਾ ਅਤੇ ਸੱਚ ਕਹਿੰਦੇ ਵਿਰੋਧੀ ਸੁਣ ਨਹੀਂ ਸਕਦੇ, ਭੱਜ ਜਾਣਗੇ, ਇਸ ਲਈ ਕਹਿੰਦੇ ਇਹ ਨਾਲੇ ਪਾਸੇ ਦਰਵਾਜ਼ਾ ਭੇੜ ਕੇ ਅੰਦਰੋਂ ਤਾਲਾ ਲਾ ਲਓ। ਅੱਛਾ ਜੀ। ਅਤੇ ਇਸੇ ਗੱਲ ਤੋਂ ਵਿਵਾਦ ਸ਼ੁਰੂ ਹੋ ਗਿਆ। ਉਹ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੂੰ ਤਾਂ ਮੌਕਾ ਚਾਹੀਦਾ, ਬਿਲਕੁਲ ਉਹ ਜੀ ਤੂੰ ਮੈਂ ਸ਼ੁਰੂ ਹੋ ਗਈ, ਤੂੰ ਮੈਂ ਮਤਲਬ 2 ਮਿੰਟ, 4 ਮਿੰਟ, 5 ਮਿੰਟ, 10 ਮਿੰਟ ਚੱਲਦੀ ਸਮਝ ਆਉਂਦੀ, 4 ਘੰਟੇ ਚੱਲੀ ਉਹੀ ਗੱਲ, ਜਿੰਦੇ ਤੋਂ 4 ਘੰਟੇ ਜਿੰਦੇ ਦੇ ਆਲੇ ਦੁਆਲੇ ਘੁੰਮੀ ਗਏ। ਅੱਛਾ। ਜਦਕਿ ਕੁੰਜੀਆਂ 2 ਨਾਲ ਦਿੱਤੀਆਂ ਸੀ ਪਰ ਮਸਲਾ ਉੱਥੇ ਹੀ ਫਸਿਆ ਰਿਹਾ ਜੀ। ਇੱਕ ਜੇਬ 'ਚ ਵੀ ਪਾ ਕੇ ਲਿਆ ਸੀ, ਜੈਕਟ ਦੀ ਅੰਦਰਲੇ ਪਾਸੇ ਵੀ ਇੱਕ ਪਾ ਕੇ ਲਿਆ ਸੀ ਮੁੱਖ ਮੰਤਰੀ ਸਾਹਿਬ, ਦੂਸਰਾ ਜਿੰਦਾ। ਹਾਂ, ਉਹ ਕਹਿੰਦੇ ਆ ਦੂਆ ਵੀ ਲੈ ਕੇ ਆਇਆ, ਜੇ ਸਾਡੇ ਵਾਲੇ ਭੱਜੇ ਤਾਂ ਇੱਧਰੋਂ ਵੀ ਲਾਊਂਗਾ ਮੈਂ। ਹੁਣ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਸੁਹਿਰਦ ਧਿਰਾਂ, ਚਿੰਤਤ ਧਿਰਾਂ, ਮੀਡੀਆ ਕਰਮੀ, ਰਾਜਨੀਤਿਕ ਧਿਰਾਂ ਇਸ ਗੱਲ ਦੀ ਚਰਚਾ ਕਰਦੀਆਂ ਸੀ ਕਿ ਇਸ ਵਾਰ ਦੇ ਬਜਟ ਸੈਸ਼ਨ ਦੇ ਵਿੱਚ ਕਿਸਾਨੀ ਮੁੱਦੇ 'ਤੇ ਚਰਚਾ ਹੋਊਗੀ। ਅਤੇ ਦੂਜਾ ਦਿਨ ਪੂਰਾ ਜਿੰਦਾ ਕੁੰਜੀਆਂ 'ਚ ਲੰਘ ਗਿਆ। ਕੀ ਇਹ ਤੰਜ ਕਰਨ ਦਾ ਤਰੀਕਾ ਸੀ ਮੁੱਖ ਮੰਤਰੀ ਸਾਹਿਬ ਦਾ? ਕੀ ਇਹ ਠਿੱਠ ਕਰਨ ਦਾ ਤਰੀਕਾ ਸੀ ਮੁੱਖ ਮੰਤਰੀ ਸਾਹਿਬ ਦਾ? ਕੀ ਇਹ ਉਹਨਾਂ ਨੇ ਕਾਨੂੰਨੀ ਤੌਰ 'ਤੇ ਗਲਤੀ ਕਰ ਲਈ ਜਾਂ ਉਹਨਾਂ ਨੇ ਮੁੱਦਾ ਭਟਕਾਉਣ 'ਚੋਂ ਕਾਮਯਾਬ ਹੋਵੇ, ਜਿਸ ਕੰਮ ਲਈ ਉਹ ਜਿੰਦਾ ਕੁੰਜੀ ਲਿਆਏ ਸੀ ਉਸ ਕੰਮ ਲਈ ਕਾਮਯਾਬ ਹੋ ਗਏ ਕਿ ਵਿਰੋਧੀ ਧਿਰ ਜਿੰਦਾ ਕੁੰਜੀ ਜੁਲਝ ਰਹੀ, ਪੰਜਾਬ ਦੀ ਗੱਲੇ ਨਹੀਂ ਕਰ ਸਕੇ, ਪੰਜਾਬ ਦਾ ਸਵਾਲ ਨਹੀਂ ਕਰ ਸਕੇ ਜਿਸ 'ਚ ਸਰਕਾਰ ਨੇ ਘਿਰਨਾ ਸੀ? ਕਾਨੂੰਨੀ ਤੌਰ 'ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁਖੀ ਉੱਥੋਂ ਦੇ ਸਪੀਕਰ ਸਾਹਿਬ ਨੇ, ਚਾਹੇ ਮੁੱਖ ਮੰਤਰੀ ਹੋਵੇ, ਚਾਹੇ ਮੰਤਰੀ ਹੋਵੇ, ਚਾਹੇ ਵਿਰੋਧੀ ਧਿਰ ਦਾ ਲੀਡਰ ਹੋਵੇ, ਚਾਹੇ ਕਿਸੇ ਧਿਰ ਦਾ MLA ਹੋਵੇ, ਉਹਨੇ ਸਪੀਕਰ ਸਾਹਿਬ ਨੂੰ ਮੁਖਾਤਬ ਹੋ ਕੇ ਗੱਲ ਕਰਨੀ ਹੁੰਦੀ ਹੈ। ਪਰ ਉੱਥੇ ਉਹ ਇੱਧਰ ਆ ਤਰੀਕਾ, ਇਹ ਤਰੀਕਾ ਵਿਧਾਨ ਸਭਾ ਦਾ ਤਰੀਕਾ ਨਹੀਂ ਔਰ ਮੁੱਖ ਮੰਤਰੀ ਦਾ ਤਾਂ ਬਿਲਕੁਲ ਵੀ ਨਹੀਂ ਹੈ। ਬਿਲਕੁਲ ਵੀ ਨਹੀਂ। ਕਿਉਂ ਮਿਸਟਰ ਬਾਜਵਾ ਮੇਰੀ ਅੱਖਾਂ 'ਚ ਦੇਖ, ਉਹ ਤੇਰੀ ਉਹੀ ਪਜਾਮੀ ਹੈ, ਉਹ ਕਿਹੜੀਆਂ ਗੱਲਾਂ ਕਰਦਾ ਹੈ, ਹੈਂ ਫਿਰ ਤੇਰੇ ਸੋਨੇ ਦੇ ਬਿਸਕੁਟਾਂ ਤੱਕ ਜਾਵਾਂਗੇ ਅਸੀਂ, ਹੈ ਨਾ, ਅਤੇ ਚੋਣ ਲੜ ਲਈ, ਹੈ ਨਾ, ਬਹਿਲਾ ਅੱਧਾ ਘੰਟਾ ਇਸ ਕੁਰਸੀ 'ਤੇ, ਤੈਨੂੰ ਨਹੀਂ ਪੰਜਾਬ ਨੇ ਬਿਠਾਉਣਾ। ਅੱਛਾ ਜੀ। ਹੈਲੋ ਖੈਰਾ, ਇਸੇ ਪਾਰਟੀ 'ਚ ਆ ਜੇ, ਇਹ ਮੁੱਖ ਮੰਤਰੀ ਦਾ ਤਰੀਕਾ। ਉਹ ਰਾਜਾ ਬੜਿੰਗ, ਤੇਰੀਆਂ ਫਾਈਲਾਂ ਪਈਆਂ ਬਾਡੀਆਂ ਵਾਲੀਆਂ, ਅਕਾਲੀ ਦਲ ਦੀਆਂ, ਉਹ ਨਹਿਰ ਕੱਢ ਲਈ ਜੀ ਆਪਣੇ ਖੇਤ ਨੂੰ,
ਬੜਾ 1 ਨਵੰਬਰ ਨੂੰ ਬਲਾਸਰ ਬੋਲੇ ਸੀ, ਨਵੰਬਰ ਲੰਘ ਗਿਆ, ਦਸੰਬਰ ਲੰਘ ਗਿਆ, ਜਨਵਰੀ ਲੰਘ ਗਈ, ਫਰਵਰੀ ਲੰਘ ਗਈ, ਮਾਰਚ ਚੱਲ ਗਿਆ, 4 ਮਹੀਨਿਆਂ 'ਚ ਕਿਹੜੀ ਕਾਰਵਾਈ? ਤੁਸੀਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ, ਕਿਹਾ ਫਾਰਮ ਹਾਊਸ 801 ਕਰੋੜ, ਉਹ ਪੰਜਾਬ ਵੀ ਕਹਿੰਦਾ ਉਸ ਫਾਰਮ ਹਾਊਸ ਦਾ ਕਾਗਜ਼ ਪੱਤਰ ਫਰੋਲੋ, ਬਿਲਕੁਲ, ਪਰ ਮੀਡੀਆ 'ਚ ਨਾ ਬੋਲੋ ਕਾਗਜ਼ ਪੱਤਰ ਫਰੋਲੋ, ਹਾਂ ਡੈਫੀਨੇਟਲੀ ਜੀ। ਅਤੇ ਉਹ ਅਕਾਲੀ ਦਲ ਚੈਲੇਂਜ ਕਰਦਾ, ਕਹਿੰਦਾ ਗੇਟ ਨੂੰ ਹੱਥ ਲਾ ਕੇ ਦਿਖਾ। ਅੱਛਾ ਜੀ, ਮਤਲਬ ਕੀ ਤੁਸੀਂ ਸਿਰਫ ਐਲਾਨਨਾਮੇ ਜੋਗੇ ਹੀ ਹੋ, ਤੁਸੀਂ ਪ੍ਰਚਾਰ ਜੋਗੇ ਹੀ ਹੋ? ਜੇਕਰ ਬਾਡੀਆਂ 'ਚ ਧੱਕਾ ਕੀਤਾ, ਜੇਕਰ ਸੋਨੇ ਦੇ ਬਿਸਕੁਟਾਂ ਦੀ ਕੋਈ ਮਾਈਨਿੰਗ ਕੀਤੀ, ਕੋਈ ਠੱਗੀ ਚੋਰੀ ਕੀਤੀ, ਵਿਰੋਧੀ ਧਿਰ ਵਾਲੇ ਲੀਡਰ ਉਹੋ ਜਿਹੇ ਹੈਗੇ, ਤਾਂ ਹੁਣ ਤੱਕ ਅੰਦਰ ਹੋਣੇ ਚਾਹੀਦੇ ਸੀ ਉਹ ਸਾਰੇ। ਬਿਲਕੁਲ, ਚਾਹੇ ਕੋਈ ਫਾਰਮ ਹਾਊਸ ਵਾਲਾ, ਚਾਹੇ ਕੋਈ ਬਾਡੀਆਂ ਵਾਲਾ, ਚਾਹੇ ਬਿਸਕੁਟਾਂ ਵਾਲਾ, 1 ਲੱਖ ਦੀ ਛਾਲ, ਅਤੇ ਲੋਕ ਤੁਹਾਡੇ ਵੀ ਸੈਂਡਲ, ਜੁੱਤੀਆਂ, ਬੂਟ ਪਾਈ ਜਾਂਦੇ ਨੇ, ਫਿਰ ਕੀ ਫਰਕ ਰਹਿ ਰਿਹਾ? ਬਿਲਕੁਲ, ਇਹ ਤਾਂ ਹੈ। ਚਲੋ ਜੀ, ਜਿਹੜੇ ਹਾਜ਼ਰ ਸੀ ਉਹਨਾਂ ਨੂੰ ਤਾਂ ਭੰਡੇ ਹੀ ਭੰਡਿਆ, ਉਹਨਾਂ ਲਈ ਤਾਂ ਹਲਕੀ ਸ਼ਬਦਾਵਲੀ ਬੋਲੀ, ਠੀਕ ਹੈ, ਇਹ ਇਹ ਕੋਈ ਪਹਿਲਾ ਵਰਤਾਰਾ ਨਹੀਂ ਹੈ ਦੇਸ਼ ਦੀ ਕਿਸੇ ਵਿਧਾਨ ਸਭਾ 'ਚ। ਲੋਕ ਸਭਾ 'ਚ ਬਹੁਤ ਕੁਝ ਵਾਪਰਦਾ ਦੇਖਿਆ ਸੀ, ਰਾਜ ਸਭਾ 'ਚ ਬਹੁਤ ਕੁਝ ਵਾਪਰਦਾ ਦੇਖਿਆ, ਪੰਜਾਬ ਦੀ ਵਿਧਾਨ ਸਭਾ 'ਚ ਸਪੀਕਰ ਦੀ ਪੱਗ ਤੱਕ ਲੱਥ ਦੀ ਦੇਖੀ, ਹੈ ਨਾ, ਅਤੇ ਇਸੇ ਵਿਧਾਨ ਸਭਾ 'ਚ ਕੁਰਸੀਆਂ ਚੱਲਦੀਆਂ ਦੇਖੀਆਂ, ਇਸੇ ਵਿਧਾਨ ਸਭਾ 'ਚ ਗੱਦੇ ਲਾ ਕੇ ਅੰਦਰ ਕਾਂਗਰਸੀ ਸੌਂਦੇ ਦੇਖੇ ਅਸੀਂ, ਅਤੇ ਦੂਏ ਦਿਨ ਅਕਾਲੀ ਕਹਿੰਦੇ ਨਹੀਂ ਜੀ, ਦਾਰੂ ਦੀਆਂ ਬੋਤਲਾਂ ਵੀ ਲੱਭ ਗਈਆਂ ਸਾਨੂੰ ਤਾਂ ਅੰਦਰੋਂ। ਅੱਛਾ ਜੀ, ਸੋ ਇਹ ਸਾਰਾ ਕੁਝ ਇੱਥੇ ਹੁੰਦਾ ਰਿਹਾ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ। ਬਿਲਕੁਲ, ਪਰ ਸ਼ਬਦੀ ਮਿਆਰ ਇਸ ਕਦਰ ਨਹੀਂ ਕਦੇ ਡਿੱਗਿਆ ਸੀ। ਅੱਛਾ ਜੀ, ਇਸ ਤੋਂ ਪਹਿਲਾਂ ਕਦੇ ਵੀ ਸ਼ਬਦ ਦਾ ਮਿਆਰ ਨਹੀਂ ਇੱਦਾਂ ਡਿੱਗਿਆ ਸੀ ਕਿ ਇੰਨਾ ਥੱਲੇ ਚਲਾ ਜਾਵੇ ਕਿ ਅਸੀਂ ਓਏ 'ਤੇ ਆ ਜਾਈਏ, ਅਸੀਂ ਤੂੰ 'ਤੇ ਆ ਜਾਈਏ, ਤੇਰੇ ਮੁੰਡੇ 'ਤੇ ਆ ਜਾਈਏ, ਤੇਰੇ ਪਜਾਮੇ 'ਤੇ ਆ ਜਾਈਏ, ਇੱਦਾਂ ਨਹੀਂ ਹੋਇਆ ਸੀ। ਬਿਲਕੁਲ, ਮੈਂ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ, ਮੈਂ ਬੈਠਾ ਸੀ ਯੂਪੀ 'ਚ, ਹੈਂ, ਅਖਿਲੇਸ਼ ਯਾਦਵ ਮੇਰੇ ਨਾਲ ਸੀ, ਹਾਂਜੀ, ਅਤੇ ਅਖਿਲੇਸ਼ ਮੈਨੂੰ ਕਹਿੰਦਾ ਆਹ ਕਾਂਗਰਸ ਜਿਹੜੀ ਸਾਡੇ ਨਾਲ ਸੀਟਾਂ ਵੰਡਦੀ ਫਿਰਦੀ ਆ, ਇਹ ਤਾਂ ਅਪਡੇਟ ਹੀ ਨਹੀਂ ਗੀ। ਕਹਿੰਦਾ ਮੈਂ ਕਿਹਾ ਉਹ ਕਿਵੇਂ? ਕਹਿੰਦਾ ਮੇਰੇ ਨਾਲ ਯੂਪੀ ਦੀਆਂ ਸੀਟਾਂ ਸ਼ੇਅਰ ਕਰਦੇ ਸੀ ਅਖਿਲੇਸ਼ ਨਾਲ, ਅਖਿਲੇਸ਼ ਮੈਨੂੰ ਕਹਿੰਦਾ, ਅਤੇ ਕਹਿੰਦਾ ਕਿ 1 ਸੀਟ ਮੇਰੇ ਤੋਂ ਮੰਗੀ ਗਈ ਉਸ ਬੰਦੇ ਲਈ ਜਿਹਨੂੰ 9 ਸਾਲ ਮਰੇ ਨੂੰ ਹੋ ਗਏ, ਉਹ ਇਹ ਕਾਂਗਰਸੀ ਉਹ ਫੀਐਟ ਕਾਰ 'ਚ ਸਫ਼ਰ ਕਰਦੇ ਹੋ ਅਤੇ ਭਾਲਦੇ ਹੋ ਵਾਈਫਾਈ। ਅੱਛਾ ਜੀ, ਇਹੀ ਆ ਗੱਲ, ਇਹ 'ਚ ਪੰਜਾਬ ਦਾ ਤਾਂ ਕੋਈ ਫਾਇਦਾ ਨਾ ਹੋਇਆ। ਮੈਨੂੰ ਇਹਦੇ ਨਾਲ ਕੀ ਭਲਾ ਹੋ ਰਿਹਾ ਜੀ ਪੰਜਾਬ ਦਾ? ਅੱਛਾ, ਹਾਂਜੀ, ਓਏ ਛੱਡ ਦਿਓ, ਨਾ ਦਿਓ ਸਾਨੂੰ ਕੁਰਕਸ਼ੇਤਰ, ਦਿੱਲੀ ਵਾਲੀਆਂ ਸੀਟਾਂ ਨਾ ਲਓ, ਉਹ ਜਿਹੜੇ ਕਾਂਗਰਸ ਵਿੱਚ ਟੱਪਦੇ ਹੋ ਉਹ ਤੁਹਾਡਾ ਰਾਹੁਲ ਸੋਨੀਆ ਮੇਰੇ ਨਾਲੇ ਬੈਠਦੇ ਨੇ। ਰਾਹੁਲ ਨੇ ਤਾਂ ਇੱਕ ਵਾਰ ਦੇਖਿਆ ਸੀ, ਆਪਾਂ ਹੱਥ ਨਹੀਂ ਮਿਲਾਇਆ ਸੀ। ਦੇਖਿਓ ਵੀਡੀਓ, ਬਿਲਕੁਲ ਜੀ, ਫਿਰ ਮਤਲਬ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਬਹੁਤ ਚੰਗੀ ਹੋ ਗਈ, ਇਸੇ ਕੁਰਸੀ 'ਤੇ ਕਾਂਗਰਸ ਬੈਠ ਕੇ ਵੀ ਬਹੁਤ ਹੰਕਾਰੀ ਰਹੀ ਹੈ। ਬਿਲਕੁਲ, ਇਸੇ ਕੁਰਸੀ 'ਤੇ ਬਾਦਲਾਂ ਦਾ ਟੱਬਰ ਬੈਠ ਕੇ ਵੀ ਹੰਕਾਰੀ ਰਿਹਾ, ਉਹ ਵੀ ਰੋਟੀ ਨੂੰ ਉੱਚੀ ਕਹਿਣ ਲੱਗ ਗਏ ਸੀ ਜੀ। ਸੋ ਪੰਜਾਬ ਨੇ ਉਹਨੂੰ ਟਿਕਾਣੇ ਦਿਖਾਤਾ। ਅੱਜ ਜਿਹੜੀ ਕਾਂਗਰਸ ਨੂੰ ਤੁਸੀਂ ਬੋਲ ਰਹੇ ਹੋ, ਉਸ ਕਾਂਗਰਸ ਨੂੰ ਪੰਜਾਬ ਨੇ ਖੁੱਡੇ ਲਾਤਾ। ਬਿਲਕੁਲ, ਅਤੇ ਤੁਹਾਨੂੰ 92ਾਂ ਦਾ ਫਤਵਾ ਦੇਤਾ। ਤੁਸੀਂ ਇਹ ਗੱਲਾਂ, ਇਹ ਟੋਟਕੇ, ਚੁਟਕਲੇ, ਤੰਜ, ਇਹ ਮਿਹਣੇ, ਇਹ ਕਿੱਸੇ ਰਾਜਨੀਤਿਕ ਸਟੇਜਾਂ 'ਤੇ ਸੁਣਾਓ, ਸਰਕਾਰੀ ਸਟੇਜਾਂ 'ਤੇ ਵੀ ਸੁਣਾਓ, ਕੋਈ ਚੱਕਰ ਨਹੀਂ, ਸੁਣਾਉਂਦੇ ਹੋ ਤੁਸੀਂ ਤਾਂ ਨਿੱਜੀ ਵੀ ਸੁਣਾ ਜਾਂਦੇ ਹੋ ਜੀ, ਜੰਮਣ ਮਰਨ ਵੀ ਦੱਸ ਜਾਂਦੇ ਹੋ ਆਪਣਾ ਜੀ, ਉਹ ਸੁਣਾਓ। ਬਿਲਕੁਲ, ਪਰ ਘੱਟੋ ਘੱਟ ਵਿਧਾਨ ਸਭਾ 'ਚ ਵਿਧਾਨ ਸਭਾ ਦੀ ਮਰਿਆਦਾ ਤਾਂ ਰੱਖ ਲਓ, ਇੱਥੇ ਤਾਂ ਘੱਟੋ ਘੱਟ ਉਹ ਦਿਨ ਪੰਜਾਬ ਦੇ ਲਈ ਲੇਖੇ ਲਾ ਦਿਓ। ਬਿਲਕੁਲ, ਹਾਂ, ਵੋਟਾਂ ਵੱਧ ਜਾਣਗੀਆਂ ਇਹਦੇ ਨਾਲ, ਮਾਨ ਸਾਹਿਬ ਦੀਆਂ ਵਧਣਗੀਆਂ ਵਧਣਗੀਆਂ। ਉਹ ਕਿਵੇਂ? ਸਾਡੀ ਜਨਤਾ ਕੰਨ ਰਸ ਦੀ ਆਦੀ ਆ, ਅਸੀਂ ਕੰਮ ਨਾਲੋਂ ਗੱਲਾਂ ਦੇ ਆਦੀ ਹੋ ਗਿਆ, ਸਾਡਾ ਗੱਲਾਂ ਨਾਲ ਢਿੱਡ ਭਰਦਾ ਅਤੇ ਸਾਡੇ ਲੀਡਰ ਗੱਲਾਂ ਨਾਲ ਢਿੱਡ ਭਰਦੇ ਆਏ, ਅਤੇ ਕਈ ਪੰਜਾਬ ਦੀ ਜਨਤਾ ਨੂੰ, ਆਵਾਮ ਨੂੰ ਲੱਗਣਾ ਕਿ ਲੈ ਬਾਈ ਠੋਕ ਤੇ, ਲੈ ਬਾਈ ਮੰਜੀ ਠੋਕਤੀ, ਸਵਾਦ ਲਿਆ ਤਾ। ਹਾਂਜੀ, ਇਸੇ ਸਵਾਦ ਸਵਾਦ 'ਚ ਸਾਨੂੰ ਕੀ ਦਿੱਤਾ ਇਹਦਾ ਪੁੱਛੋ, ਪੁੱਛਦੇ ਨਹੀਂ। ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਪੌਣੇ 2 ਸਾਲ ਬਾਅਦ ਵੀ ਦੇਸ਼ ਜੇ ਤੁਸੀਂ ਇਹੀ ਭੰਡਣਾ, ਉਹ ਵੀ ਸਦਨ ਦੇ ਵਿੱਚ, ਤੇ ਫਿਰ ਮਤਲਬ ਤੁਸੀਂ ਕੀ ਕੀਤਾ? ਬਿਲਕੁਲ ਉਹੀ ਤੇ ਗੱਲ। ਸੋ ਇਹ ਵੱਡਾ ਸਵਾਲ ਖੜਾ ਕਿ ਤੁਸੀਂ ਉਸ ਸਾਰੇ ਦੇ ਵਿੱਚ ਆਪਣੀ ਮਰਿਆਦਾ ਭੁੱਲੇ,
ਪੰਜਾਬ ਦੀ ਮਰਿਆਦਾ ਭੁੱਲੇ, ਆਪਣਾ ਸੱਭਿਆਚਾਰ ਭੁੱਲੇ, ਆਪਣਾ ਸਤਿਕਾਰ ਭੁੱਲੇ, ਵਿਰੋਧੀਆਂ ਦਾ ਸਤਿਕਾਰ ਕਿਵੇਂ ਕਰਨਾ ਇਹ ਵੀ ਭੁੱਲੇ, ਤੇ ਆਪਣਿਆਂ ਦਾ ਸਤਿਕਾਰ ਕਿਵੇਂ ਕਰਾਉਣਾ ਇਹ ਵੀ ਭੁੱਲੇ, ਇਹ ਵੀ ਭੁੱਲੇ, ਕੁਰਸੀ ਦੀ ਮਰਿਆਦਾ ਭੁੱਲੇ, ਇੰਨਾ ਕੁਛ ਜੀ। ਠੀਕ ਹੈ, ਕਾਂਗਰਸੀਆਂ ਨੂੰ ਵੀ ਕਾਲ ਰਹਿੰਦੀ ਹੈ ਕਿ ਛੇਤੀ ਬਾਹਰ ਜਾਈਏ ਹੈ ਤੇ ਬਾਹਰ ਜਾ ਕੇ ਅਸੀਂ ਮੀਡੀਆ ਮੂਹਰੇ ਖੜੀਏ ਗੱਲ ਕਰੀਏ। ਹਾਂ ਬਿਲਕੁਲ ਜੀ, ਪਰ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਨੂੰ ਤਾਲੇ ਲਾਉਣ ਦਾ ਅੰਦਰੋਂ ਹੈ ਚਾਹੇ ਬਾਹਰੋਂ ਹੈ? ਕੀ ਮੁੱਖ ਮੰਤਰੀ ਕੋਲ ਅਧਿਕਾਰ ਹੈ? ਕੀ ਕਿਸੇ MLA ਕੋਲ ਅਧਿਕਾਰ ਹੈ? ਬਿਲਕੁਲ। ਸੋ ਕੀ ਇਹ ਕਾਨੂੰਨੀ ਤੌਰ 'ਤੇ, ਸੰਵਿਧਾਨਕ ਤੌਰ 'ਤੇ ਸਹੀ ਹੈ? ਕੀ ਇਹਦੇ ਪਰ ਕੋਈ ਐਕਸ਼ਨ ਹੋ ਸਕਦਾ? ਕਿਹਨੇ ਲੈਣਾ? ਹੋ ਸਕਦਾ ਜੀ ਐਕਸ਼ਨ, ਹਾਊਸ ਨਹੀਂ ਲੈਣਾ? ਬਿਲਕੁਲ ਹਾਂ, ਹਾਊਸ ਹਾਊਸ ਆਪਣਾ ਹੈ ਜੀ, ਸਪੀਕਰ ਨੇ ਲੈਣਾ ਹੈ। ਸਪੀਕਰ ਤਾਂ ਕਹਿੰਦਾ ਦੇਖੋ ਮੁੱਖ ਮੰਤਰੀ ਸਾਹਿਬ ਦੀ ਮੰਸ਼ਾ ਇਹ ਹੈ, ਉਹ ਚਾਹੁੰਦੇ ਨੇ ਕਿ ਵਿਰੋਧੀ ਧਿਰ ਜਾਵੇ ਨਾ, ਨਹੀਂ ਤਾਂ ਬਾਕੀ ਧਿਰਾਂ ਹੀ ਕਹਿੰਦੀਆਂ ਹੁੰਦੀਆਂ ਕਿ ਵਿਰੋਧੀ ਧਿਰ ਬਾਹਰ ਜਾਵੇ ਤਾਂ ਅਸੀਂ ਆਪਣਾ ਕੰਮ ਕਰੀਏ, ਦੇਖੋ ਬਿਠਾਉਣਾ ਚਾਹੁੰਦੇ ਨੇ। ਹੁਣ ਉਹ ਨੂੰ ਪਤਾ ਕਿ ਮੈਂ ਕਿਹਨਾਂ ਰਹਿਮੋ ਕਰਮਾਂ 'ਤੇ ਬਣਿਆ ਜੀ, ਚੱਲੀ ਜਾਣ ਦੋ ਕੁਰਸੀ। ਸੋ ਇਸ ਲਈ ਜਦੋਂ ਤੁਹਾਡਾ ਮੋਹ ਸਿਰਫ ਕੁਰਸੀ ਤੱਕ ਹੋਵੇ ਜੀ, ਜਦੋਂ ਤੁਹਾਡਾ ਮੋਹ ਸਿਰਫ ਕੈਮਰਿਆਂ ਤੱਕ ਹੋਵੇ, ਖਬਰਾਂ ਤੱਕ ਹੋਵੇ, ਸੁਰਖੀਆਂ ਤੱਕ ਹੋਵੇ, ਫਿਰ ਤੁਹਾਨੂੰ ਪੰਜਾਬ ਦੇ ਮੁੱਦੇ ਭੁੱਲ ਜਾਂਦੇ ਨੇ। ਔਰ ਇਹੀ ਵਰਤਾਰਾ ਸਾਰੀਆਂ ਧਿਰਾਂ ਨੂੰ। ਜੇਕਰ ਸੱਚਮੁੱਚ ਵਿਰੋਧੀ ਧਿਰ ਨੂੰ ਪੰਜਾਬ ਦੇ ਮਸਲਿਆਂ ਦਾ ਫਿਕਰ ਹੁੰਦਾ, ਉਹ ਕਹਿੰਦੇ ਲਾਓ ਜਿੰਦਾ ਤਾਲਾ, ਅਸੀਂ ਨਹੀਂ ਹਿਲਦੇ, ਖੜੇ ਹਾਂ, ਤੁਸੀਂ ਇੱਕ ਛੱਡੋ ਪੱਕੇ ਲਾਓ ਜੀ, ਹੁਣ 15 ਤਰੀਕ ਤੱਕ ਇੱਥੇ ਹੀ ਬੈਠੋ, ਕਹਿੰਦੇ ਨਾ ਉਹ ਵੀ, ਉਹਨਾਂ ਨੇ ਵੀ ਨਹੀਂ ਕਹੀ, ਉਹ ਤਾਂ ਉਈ ਬਸ ਤਾਲਾ ਲਿਆਉਂਦਾ ਜੀ, ਚਾਬੀ ਲਿਆਉਂਦੀ, ਤੁਸੀਂ ਕਹਿੰਦੇ ਕਿ 15 ਤਰੀਕ ਤੱਕ ਲਾ ਦਿਓ ਜੀ, ਇੱਥੇ ਹੀ ਰਹਾਂਗੇ, ਇਹਨਾਂ ਹੀ ਕੱਪੜਿਆਂ 'ਚ ਰਹਾਂਗੇ, ਇਹਨਾਂ ਹੀ ਲੀੜਿਆਂ 'ਚ ਰਹੋਗੇ, ਕਰੋ ਚਰਚਾ, ਤੁਸੀਂ ਵੀ ਰਹੋ, ਅਸੀਂ ਵੀ ਰਹਿੰਦੇ ਹਾਂ, ਆਉਂਦੇ ਨਾ ਉਹ ਵੀ ਨਹੀਂ, ਬਿਲਕੁਲ। ਸੋ ਕਿਸੇ 'ਚ ਦਮ ਨਹੀਂ ਗਾ ਜੀ, ਪੰਜਾਬ ਦੇ ਮੁੱਦੇ 'ਤੇ ਕੋਈ ਨਹੀਂ ਆਉਣਾ ਚਾਹੁੰਦਾ, ਸਿਰਫ ਫਰੇਮ 'ਚ ਆਉਣਾ ਚਾਹੁੰਦੇ ਨੇ। ਫਿਰ ਇਹਦਾ ਬਦਲ ਕੀ ਹੈ ਜੀ? ਇਹ ਤਾਂ ਫਿਰ ਤੀਸਰੀ ਜਿਹੜੀ ਪਾਰਟੀ ਲੋਕਾਂ ਨੇ ਸੋਚੀ ਅਤੇ ਉਹ ਪਾਰਟੀ ਵੀ ਜੇ ਉਹੀ ਕੁਛ ਕਰਨ ਲੱਗੀ ਤਾਂ ਫਿਰ ਚੌਥਾ ਕੌਣ ਆਊ? ਨਹੀਂ, ਇੱਦਾਂ ਕਦੇ ਵੀ ਕੋਈ ਚਿਰਜੀਵੀ ਨਹੀਂ ਰਿਹਾ, ਸਦਾ ਨਹੀਂ ਰਿਹਾ, ਬਦਲ ਹੁੰਦਾ ਰਿਹਾ, ਉਹਨਾਂ ਦੇ ਬਦਲ ਮਿਲਦੇ ਰਹੇ, ਚੰਗਾ ਮਾੜਾ ਪਤੀਰਾ ਹੈਗਾ। ਜੇ ਰਾਤ ਹੋਊ ਮਿੱਤਰਾ ਤਾਂ ਹੀ ਦਿਨ ਚੜੂ, ਬਿਲਕੁਲ ਇਹ ਵੀ ਗੱਲ ਹੈ ਜੀ। ਜੇ ਰਾਤ ਹੀ ਨਹੀਂ ਹੋਊਗੀ, ਜੇ ਅਕਾਲੀ ਗਲਤੀਆਂ ਨਾ ਕਰਦੇ, ਕਾਂਗਰਸੀ ਹੰਕਾਰ ਨਾ ਕਰਦੇ, ਤਾਂ ਭਗਵੰਤ ਮਾਨ ਦੀ ਵਾਰੀ ਕਿੱਥੋਂ ਆਉਂਦੀ? ਆਮ ਆਦਮੀ ਪਾਰਟੀ ਕਿੱਥੋਂ ਆਉਂਦੀ? ਜੇ ਉਹਨੇ ਗਲਤੀਆਂ ਕਰਨਗੇ ਫਿਰ ਕਿਸੇ ਨੂੰ ਮੌਕਾ ਮਿਲੂ ਜੀ? ਸੋ ਜੇ ਚੰਗਾ ਕਰਨ ਤਾਂ ਲੋਕ ਆਪ ਚੁਣ ਲੈਣਗੇ ਜੀ। ਤੁਸੀਂ ਕੰਮ ਦੀ ਲੀਕ ਐਡੀ ਬੜੀ ਕਰ ਦਿਓ ਕਿ ਲੋਕਾਂ ਨੂੰ ਕਹਿਣਾ ਪਵੇ, ਤੁਹਾਨੂੰ ਬੋਰਡ ਇਸ਼ਤਿਹਾਰ ਨਾ ਢੰਗਣੇ ਪੈਣ। ਸੋ ਇਸ ਲਈ ਪੰਜਾਬ ਦੀ ਵਿਧਾਨ ਸਭਾ 'ਚ ਜੋ ਵਾਪਰਿਆ ਉਹ ਪੰਜਾਬ ਦੇ ਹਾਣ ਦਾ ਨਹੀਂ ਸੀ, ਪੰਜਾਬ ਦੇ ਕਿਰਦਾਰ ਦਾ ਹਾਣ ਦਾ ਨਹੀਂ ਸੀ, ਸਰਕਾਰ ਦੇ ਹਾਣ ਦਾ ਨਹੀਂ ਸੀ, ਪੰਜਾਬ ਦੇ ਵਿਵਹਾਰ ਦੇ ਹਾਣ ਦਾ ਨਹੀਂ ਸੀ, ਬਹੁਤ ਮਤਭਾਗਾ ਸੀ ਜੀ। ਇਹਦੇ ਨਾਲ ਉਹੀ ਗੱਲ ਹੈ ਕਿਉਂਕਿ ਪੰਜਾਬ ਜਿਹੜੇ ਸਮੇਂ ਦੇ ਵਿੱਚੋਂ ਹੁਣ ਲੰਘ ਰਿਹਾ ਅਤੇ ਉਸ ਵੇਲੇ ਦੇ ਵਿੱਚ ਵੀ ਜੇ ਸਦਨ ਦੇ ਵਿੱਚ ਆਹੀ ਚੀਜ਼ਾਂ ਚੱਲਦੀਆਂ, ਤੂੰ ਤੂੰ ਮੈਂ ਚੱਲਦੀਆਂ, ਜਿੰਦੇ ਕੁੰਜੀਆਂ ਚੱਲਦੀਆਂ, ਤਾਂ ਫਿਰ ਪੰਜਾਬ ਜਾਊਗਾ ਕਿੱਧਰ ਨੂੰ? ਉਹ ਸਭ ਨੰਗੀਆਂ ਅੱਖਾਂ ਦੇ ਨਾਲ ਆਪਾਂ ਦੇਖ ਸਕਦੇ ਹਾਂ, ਪਰ ਦੇਖਣ ਵਾਲਾ ਹੀ ਦੇਖ ਸਕਦਾ, ਜਿਨ੍ਹਾਂ ਦੇ ਅੱਖਾਂ 'ਤੇ ਪਰਦੇ ਉਹ ਨਹੀਂ ਦੇਖ ਸਕਦੇ। ਚਲੋ ਜੀ, ਹੁਣ ਅੱਗੇ ਇੱਕ ਹੋਰ ਚੀਜ਼, ਉਹ ਵੀ ਪੰਜਾਬ ਦੇ ਨਾਲ ਜੁੜੀ ਹੋਈ ਹੈ, ਤੁਸੀਂ ਕੋਈ ਡਿਟੇਲ ਕੱਢੀ ਹੈ ਕਿ ਰੋਜ਼ਾਨਾ 2 ਕਰੋੜ ਹੈ ਜਿਹੜਾ ਅਸੀਂ ਕਰਜ਼ੇ ਦੇ ਵਿਆਜ ਦੇ ਤੌਰ ਦੇ ਉੱਤੇ ਡੇਲੀ ਬੇਸਿਸ ਦੇ ਉੱਤੇ ਦਿੰਦੇ ਹਾਂ, ਉਹ ਕੀ ਜਾਣਕਾਰੀ ਹੈ ਮਾੜਾ ਜਿਹਾ ਉਹ ਦੱਸੋ, ਤਾਂ ਜੋ ਜਿਹੜਾ ਸਦਨ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਸੁਣਨ ਦੇਖਣ ਵਾਲੇ ਲੋਕਾਂ ਨੂੰ ਪਤਾ ਲੱਗੇ ਕਿ ਸਦਨ ਦੇ ਵਿੱਚ ਇਹਦੇ ਬਜਾਏ ਆਹ ਚੀਜ਼ ਹੋਣੀ ਚਾਹੀਦੀ ਸੀ, ਜਿਹੜੀ ਹੁਣ ਤੁਸੀਂ ਡਿਟੇਲ ਦਿਓ। ਨਹੀਂ, ਤੁਸੀਂ ਦੇਖੋ ਕਿ ਆਧਾਰ ਬਣਾਇਆ ਇਹਨੇ ਸਾਰਾ ਕੁਛ ਬੋਲਣ ਦਾ ਰਾਜਪਾਲ ਦੇ ਭਾਸ਼ਣ ਨੂੰ। ਹਾਂ ਵੀ ਉਹਨੂੰ ਰਾਜਪਾਲ ਨਾਲ ਟੋਕਤਾ ਜੀ, ਰਾਜਪਾਲ ਦਾ ਅਪਮਾਨ ਕਰਤਾ ਜੀ। ਕਿਹੜੇ ਰਾਜਪਾਲ ਦਾ ਜੀ? ਜਿਹਨੂੰ ਤੁਸੀਂ ਕਹਿੰਦੇ ਸੀਗੇ ਕਿ ਓਏ ਤੂੰ ਤਾਂ ਸਿਲੈਕਟਡ ਹੈ, ਉਹ ਆ ਲਵ ਲੈਟਰ ਆਪਾਂ ਇਹਨੇ ਮੇਰੇ ਕੋਲ ਮੈਂ ਭੇਜੇ ਨੇ, ਇਸੇ ਵਿਧਾਨ ਸਭਾ 'ਚ ਖੜ ਕੇ ਕਹਿੰਦੇ ਸੀ ਜੀ, ਤੇ ਫਿਰ ਜ਼ਿਆਦਾ ਅਪਮਾਨ ਨਹੀਂ ਹੋ ਰਿਹਾ ਸੀ ਉਹਦਾ? ਇਹ ਵੀ ਗੱਲ। ਦੂਸਰੇ ਪਾਸੇ ਜੀ, ਅੱਜ ਵਾਲੇ ਬਜਟ ਦੇ ਵਿੱਚ ਬੜੇ ਲੋਲੀਪੋਪ ਨੇ। ਅੱਛਾ ਜੀ, ਕਿ ਲਓ ਜੀ ਸਿੱਖਿਆ ਲਈ ਅਸੀਂ ਆਹ ਕਰਤਾ, ਹੈ ਨਾ ਜੀ, ਆਹ ਸਿਹਤ ਲਈ ਆਹ ਕਰਤਾ, ਕਿਸਾਨੀ ਲਈ ਆਹ, ਜੀ ਬੇਰੁਜ਼ਗਾਰ, ਬੜਾ ਦਿਖਾਤਾ, ਅੰਕੜਿਆਂ ਦੀ ਖੇਡ 'ਚ ਦਿਖਾਤਾ, ਪਰ ਹਕੀਕਤ ਦੱਸੋਗੇ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਹਰ ਰੋਜ਼ 50 ਕਰੋੜ ਰੁਪਈਆ ਸਿਰਫ ਵਿਆਜ ਵਿਆਜ ਦਾ ਤਾਰਦੇ ਹਾਂ? ਮੈਂ ਮੂਲ ਦੀ ਗੱਲੇ ਨਹੀਂ ਕਰ ਰਿਹਾ,
ਔਸਤਨ ਹਰ ਰੋਜ਼ ਪੰਜਾਬ ਨੂੰ 50 ਕਰੋੜ ਰੁਪਈਆ ਆਪਣੇ ਸਿਰ ਚੜ੍ਹੇ ਕਰਜ਼ੇ ਦੇ ਵਿਆਜ ਵਜੋਂ ਤਾਰਨਾ ਪੈਂਦਾ। ਔਸਤਨ 50 ਕਰੋੜ, ਇਹ ਤੋਂ ਵੀ ਜ਼ਿਆਦਾ ਜਾਂਦੀ ਹੈ ਐਵਰੇਜ। ਲੰਘੇ ਬਰੇ ਅਸੀਂ 18,000 ਕਰੋੜ ਸਾਲ ਦਾ ਲਾਇਆ ਪੂਰੇ, ਅਤੇ ਉੱਥੇ ਹਿਸਾਬ ਲਾ ਲਓ ਕਿ ਕਿੱਥੇ ਜਾਂਦਾ ਫਿਰ। ਸੋ ਜੇ 50 ਇੱਕ ਦਾ ਬਣਦਾ ਤਾਂ 1500 ਮਹੀਨੇ ਦਾ ਹੀ ਬਣ ਗਿਆ, ਬਿਲਕੁਲ 1500 ਕਰੋੜ, ਅਤੇ ਫਿਰ ਹਿਸਾਬ ਲਾਓ ਸਾਲ ਦਾ ਕਿੱਥੇ ਜਾਣਾ। ਅਤੇ ਆ ਇਸ ਸਾਲ 'ਚ ਵੀ ਸਾਡਾ 22-23 ਨੂੰ ਚਲਾ ਜਾਣਾ, ਜਿਹ 'ਚੋਂ ਅਜੇ 15 ਕੇ ਦਿੱਤਾ ਅਸੀਂ। ਸੋ ਇਸ ਲਈ 50 ਕਰੋੜ ਰੁਪਈਆ ਔਸਤ ਅਸੀਂ ਰੋਜ਼ ਦੇ ਰਹੇ ਹਾਂ। ਇਹਨਾਂ ਦਾ ਮੈਂ ਪਿਛਲੇ ਦੇਖ ਰਿਹਾ ਸੀਗਾ 10 ਮਹੀਨਿਆਂ ਦਾ, ਹੁਣ ਇਹਨਾਂ ਨੇ ਦਿਖਾ ਤਾਂ ਦਿੱਤਾ ਕਿ ਜੀ ਅਸੀਂ ਇਹਦੇ ਲਈ ਆਹ ਕਰ ਦੇਣਾ, ਫੰਡ ਕਿੱਥੋਂ ਆਉਣੇ, ਬਿਲਕੁਲ ਖਜ਼ਾਨਾ ਥੋੜ੍ਹਾ ਖਾਲੀ। ਨਹੀਂ ਜੀ, ਪਿਛਲੀ ਵਾਰ ਨਾਲੋਂ ਵੱਧ ਗਿਆ। ਮੈਂ 22 ਬਰੇ ਦੇ 10 ਮਹੀਨਿਆਂ ਦਾ ਹਿਸਾਬ ਦੇਖਿਆ ਇਹਨਾਂ ਦਾ, ਅਤੇ ਉਹ ਮੇਰੀ ਚਰਨਜੀਤ ਭੁੱਲਰ ਨਾਲ ਵੀ ਗੱਲ ਹੋ ਰਹੀ ਸੀ, ਉਹਨੇ ਵੀ ਰਿਪੋਰਟ ਕੀਤੀ ਉਹ ਪੂਰੀ। ਹਾਂਜੀ, 10 ਮਹੀਨੇ 22 ਬਰੇ ਦੇ, ਮਤਲਬ ਅਪ੍ਰੈਲ ਤੋਂ ਲੈ ਕੇ ਆਹ ਜਨਵਰੀ ਤੱਕ ਗੱਲ ਕਰਦੇ ਹਾਂ, ਆਪਾਂ ਫਰਵਰੀ ਮਾਰਚ ਦੀ ਅਜੇ ਗੱਲ ਨਹੀਂ ਕਰਦੇ। ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਅਤੇ ਜਨਵਰੀ, ਠੀਕ ਹੈ। 10 ਮਹੀਨਿਆਂ 'ਚ ਪੰਜਾਬ ਦੇ ਕੋਲ ਮਾਲੀਆ ਜਿੰਨਾ ਆਇਆ, ਜਿੰਨੀ ਆਮਦਨ ਆਈ ਵੱਖੋ ਵੱਖ ਸਰੋਤਾਂ ਤੋਂ, ਉਹਦਾ 57.67% ਲਗਭਗ 58% ਤਨਖਾਹ ਤੇ ਪੈਨਸ਼ਨਾਂ 'ਚ ਚਲਾ ਗਿਆ ਸਾਡਾ। ਜਿੰਨਾ ਰੈਵਨਿਊ ਆਇਆ ਸਾਡੇ ਕੋਲ ਇਹਨਾਂ 10 ਮਹੀਨਿਆਂ 'ਚ, ਉਹਦਾ 57.6 ਲਗਭਗ 58% ਸਾਡਾ ਸਿਰਫ ਤਨਖਾਹ ਤੇ ਪੈਨਸ਼ਨਾਂ 'ਚ ਚਲਾ ਗਿਆ। ਉਹ ਤੋਂ ਬਾਅਦ ਇਸ ਕੁੱਲ ਰੈਵਨਿਊ ਦਾ 25% ਸਾਡਾ ਬਿਜਲੀ ਸਬਸਿਡੀ ਚਲਾ ਗਿਆ। 25%? ਹਾਂਜੀ, ਹੁਣ 58 ਤੇ 25 ਜਮ੍ਹਾਂ ਕਰਕੇ ਦੱਸ ਦਿਓ ਮੈਨੂੰ ਕਿੰਨਾ ਹੁੰਦਾ, 83 ਬਣਦਾ। ਹਾਂਜੀ, ਠੀਕ ਹੈ ਜੀ, ਲਗਭਗ ਬਣ ਗਿਆ ਇੰਨਾ। ਹਾਂਜੀ, ਚੌਥਾ ਹਿੱਸਾ ਤੇ ਸਬਸਿਡੀਆਂ 'ਚ ਹੀ ਚਲਾ ਗਿਆ, ਠੀਕ ਹੈ ਜੀ। ਤੇ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ 83% ਤੁਹਾਡਾ ਤਨਖਾਹ, ਪੈਨਸ਼ਨ ਤੇ ਬਿਜਲੀ ਸਬਸਿਡੀ, ਉਹ ਤੋਂ ਬਾਅਦ ਬੱਚਿਆ ਕਿੰਨਾ ਜੀ, 17%। 17% 'ਚੋਂ ਤੁਸੀਂ ਕਰਜ਼ਾ ਵੀ ਲਾਉਣਾ, ਵਿਆਜ ਵੀ ਲਾਉਣਾ, ਤੇ ਪੰਜਾਬ ਦਾ ਵਿਕਾਸ ਵੀ ਕਰਨਾ। ਵਿਕਾਸ ਯੋਜਨਾ ਵਾਲੀ ਕੀ ਬਚੂਗਾ ਜੀ, ਬਿਲਕੁਲ ਹਾਲ ਤਾਂ ਥੋੜ੍ਹਾ ਜਹਾਜ਼ ਵੀ ਉੱਡਣਾ ਹੈ, ਤੁਸੀਂ ਕਮਰੇ ਵੀ ਲੈਣੇ ਹੈ, ਤੁਸੀਂ VIP ਸਹੂਲਤਾਂ ਵੀ ਲੈਣੀਆਂ, 25 ਗੱਡੀਆਂ ਦਾ ਕਾਫਲਾ ਵੀ ਹੈ, 40 ਵੀ ਹੈ, ਸਾਰੀਆਂ ਸਾਰਾ ਕੁਛ ਉਹੀ ਐਸ਼ੋ ਆਰਾਮ ਹੈ, ਸਾਰਾ ਕੁਛ ਹੈ। ਦਿੱਲੀ 'ਚ 1,000 ਰੁਪਿਆ ਗਰੰਟੀ ਜਿਹੜੀ ਉਹ ਕਹਿੰਦੇ ਡਨ ਕਰਤੀ, ਅਸੀਂ ਦਿਆ ਕਰਾਂਗੇ, ਹੋ ਸਕਦਾ ਉਹਦੇ ਵਾਸਤੇ ਪੰਜਾਬ ਦੇ ਖਜ਼ਾਨੇ ਥੋੜ੍ਹਾ ਬਹੁਤ ਖਿੱਚੇ। ਸੋ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡੇ ਕੋਲ ਬਚਿਆ 100 ਰੁਪਏ 'ਚੋਂ ਅਸੀਂ 58 ਰੁਪਈਏ ਤਨਖਾਹ ਤੇ ਪੈਨਸ਼ਨ ਚਲੇ ਗਏ, 25 ਰੁਪਈਏ ਸਾਡੇ 100 ਰੁਪਏ ਦੇ ਵਿੱਚੋਂ ਸਬਸਿਡੀ ਚਲੇ ਗਏ, ਪਿੱਛੇ 17 ਰੁਪਈਏ ਬਚੇ, 17 ਨਾਲ ਪੰਜਾਬ ਦਾ ਕੀ ਭਲਾ ਹੋਊਗਾ ਅਤੇ ਕੀ ਸਾਡਾ ਕਰਜ਼ਾ ਉਤਰੂਗਾ। ਕਾਰਨ ਆ, ਇੰਨੇ ਕੁ ਮਹੀਨਿਆਂ 'ਚ, ਲੰਘੇ ਮਹੀਨਿਆਂ 'ਚ 60,000 ਕਰੋੜ ਦਾ ਕਰਜ਼ਾ ਇਹ ਚੁੱਕ ਚੁੱਕੇ ਨੇ ਹੁਣ ਤੱਕ, ਠੀਕ ਹੈ ਜੀ। ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਦੇ ਉੱਤੇ 3.33 ਲੱਖ ਕਰੋੜ ਤੋਂ ਉੱਪਰ ਕਰਜ਼ਾ ਹੋ ਗਿਆ, ਮਤਲਬ ਲਗਭਗ ਅਸੀਂ 3.5 ਲੱਖ ਕਰੋੜ ਨੂੰ ਕਰਜ਼ਾ ਲਈ ਬੈਠੇ ਹਾਂ। ਆ ਮੈਂ ਪਿਛਲੇ ਮਹੀਨੇ ਜਨਵਰੀ ਫਰਵਰੀ ਦੇਖ ਰਿਹਾ ਸੀ, ਕਹਿੰਦੇ 4,500 ਕਰੋੜ ਚੱਕਿਆ। ਆ ਮਾਰਚ ਮਹੀਨੇ 'ਚ RBI ਨੂੰ ਲਿਖ ਕੇ ਦਿੱਤਾ ਹੋਇਆ ਕਿ ਸਾਨੂੰ 3800 ਕਰੋੜ ਹੋਰ ਚਾਹੀਦਾ ਮਾਰਚ ਮਹੀਨੇ। ਹਾਂਜੀ, 12 ਮਾਰਚ ਨੂੰ 1,000 ਕਰੋੜ ਚੱਕਣਗੇ ਇਹ, 18 ਜਾਂ 19 ਮਾਰਚ ਨੂੰ ਫਿਰ 1,000 ਕਰੋੜ ਚੱਕਣਗੇ, 26-27 ਮਾਰਚ ਦੇ ਨੇੜੇ ਤੇੜੇ ਫਿਰ 1,800 ਕਰੋੜ ਚੱਕਣਗੇ। ਹਜ਼ਾਰ ਤੇ 1,800, 3800 ਕਰੋੜ ਹੋ ਗਿਆ। ਇਹ ਐਵਰੇਜ ਹਰ ਮਹੀਨੇ 4,000 ਜਾ ਰਹੀ ਹੈ ਲਗਭਗ, ਜਿੱਦਣ ਦੀ ਸਰਕਾਰ ਬਣੀ ਹੈ। ਸਦਨ ਦੇ ਵਿੱਚ ਇਹ ਪੁਆਇੰਟਾਂ ਤੇ ਨਹੀਂ ਚੱਲ, ਮੈਂ ਉਹੀ ਤਾਂ ਕਹਿੰਦਾ ਕਿ ਅੱਜ ਦੇ ਬਜਟ 'ਚ ਲੱਭ ਕੇ ਦਿਖਾਓ ਮੈਨੂੰ ਇਹ ਗੱਲਾਂ ਕਿੱਥੇ ਨੇ, ਇਹ ਲੋਕਾਂ ਨੂੰ ਦੱਸੋ ਨਾ, ਬਿਲਕੁਲ, ਕਿ ਤੁਸੀਂ ਕੁੱਲ ਸਾਡੇ ਤੇ ਕਰਜ਼ਾ ਵਧੀ ਜਾਂਦਾ, ਤੁਸੀਂ ਵੀ ਲਈ ਜਾਂਦੇ ਹੋ,
ਤੇ ਜੇ ਤੁਸੀਂ ਕਹਿੰਦੇ ਹੋ ਅਸੀਂ ਵਿਆਜ ਮੋੜ ਰਹੇ ਹਾਂ ਜੀ, ਪਿਛਲੇ ਆਂਦੇ ਥੋੜਾ ਮੋੜ ਰਹੇ, ਤੁਸੀਂ ਆਪ ਵੀ ਤਾਂ ਲੈ ਰਹੇ ਹੋ। ਮੈਂ ਨਹੀਂ ਕਹਿੰਦਾ ਕਿ ਸਾਰਾ ਕਰਜ਼ਾ ਤੁਸੀਂ ਉਹ ਚੱਕ ਲਿਆ, ਪਹਿਲੇ ਨੇ ਵੀ ਚੱਕਿਆ ਬਿਲਕੁਲ, ਪਰ ਤੁਸੀਂ ਤਾਂ ਦਮ ਭਰਦੇ ਸੀ ਨਾ ਅਸੀਂ ਕਰਜ਼ਾ ਲਾਵਾਂਗੇ ਖਰਚੇ ਘਟਾਵਾਂਗੇ। ਬਿਲਕੁਲ, ਉਹ ਤੇ ਪਹਿਲੇ ਹੀ ਦੇਖਦਾ ਸੀ ਵੀ ਉਹ ਤਾਂ ਤੁਹਾਨੂੰ ਉਹਨਾਂ ਦਾ ਜੋ ਵੀ ਉਹਨਾਂ ਨੇ ਕੀਤਾ ਉਹ ਸਾਹਮਣਾ ਪਏਗਾ। 2 ਮਹੀਨੇ 4 ਮਹੀਨੇ 6 ਮਹੀਨੇ ਹੁਣ ਤਾਂ 2 ਸਾਲ ਹੋ ਗਏ ਭਾਈ। ਬਿਲਕੁਲ, ਉਹ ਕਿੰਨੀ ਦੇਰ ਬਾਦਲਾਂ ਦੇ ਟੱਬਰ ਨੂੰ ਭੰਡ ਕੇ, ਕਾਂਗਰਸੀਆਂ ਨੂੰ ਭੰਡ ਕੇ, ਭਾਜਪਾ ਨੂੰ ਭੰਡ ਕੇ, ਵਿਰੋਧੀਆਂ ਨੂੰ ਭੰਡ ਕੇ, ਚੁਟਕਲੇ ਸੁਣਾ ਕੇ, ਕਿੰਨੀ ਦੇਰ ਚੱਲੂਗਾ? ਹੁਣ ਤੁਹਾਨੂੰ ਤੁਹਾਡੀ ਜਵਾਬਦੇਹੀ ਆ। ਸੋ ਬਜਟ ਇਹ ਜ਼ਰੂਰ ਲੋਲੀਪੋਪ ਵਾਲਾ ਸੀ ਕਿਉਂਕਿ ਮੂਹਰੇ ਲੋਕ ਸਭਾ ਚੋਣਾਂ ਨੇ। ਬਿਲਕੁਲ, ਸੋ ਵੋਟਾਂ ਜਿਹੜੀਆਂ ਦਿੱਲੀ ਵਾਲਾ 1000 ਰੁਪਏ ਦਾ ਐਲਾਨ, ਉਹ ਵੀ ਸਾਨੂੰ ਪਤਾ ਕਿ ਵੋਟਾਂ ਲਈ ਹੈ, ਹੈ ਨਾ। ਜਿਹੜਾ ਕਾਂਗਰਸ ਨੇ ਹਿਮਾਚਲ 'ਚ ਕੀਤਾ 1500, ਉਹ ਵੀ ਸਾਨੂੰ ਪਤਾ ਹੈ ਵੋਟਾਂ ਲਈ ਹੈ। ਕਾਂਗਰਸ ਉੱਤੇ ਬੀਜੇਪੀ ਵਾਲੀ ਸਕੀਮ 'ਤੇ ਆ ਗਈ, ਉਹਨਾਂ ਨੂੰ ਲੱਗਿਆ ਕਿ ਸਾਡੇ 3 MLA ਤੋੜ ਲਏ, ਲੈ ਵੀ ਸਾਡੀ ਸਰਕਾਰ ਤਾਂ ਚੱਲੀ। ਉਹ ਕਹਿੰਦੇ ਇਹਨਾਂ ਨੂੰ ਸਸਪੈਂਡ ਕਰ ਦਿਓ, ਕੁਰਸੀਆਂ ਹੀ ਖਤਮ ਕਰ ਦਿਓ ਵਿਧਾਨ ਸਭਾ 'ਚੋਂ। ਕੁਰਸੀ ਖਤਮ ਕਰਤੀ, ਖਾਰਜ ਕਰਤੀ, ਹੁਣ ਉਹਦੇ ਨਾਲ ਮਤਲਬ ਬਹੁਮਤਲੀ ਘਟ ਗਿਆ, ਫਾਇਦਾ ਹੋ ਗਿਆ। ਹੁਣ ਪਤਾ ਲੱਗ ਗਿਆ ਉਹਨਾਂ ਨੂੰ ਸ਼ਾਇਦ ਸਾਡੇ ਹੋਰ MLA ਤੋੜ ਸਕਦੀ ਹੈ ਬੀਜੇਪੀ। ਉਹ ਕਹਿੰਦੇ ਫਿਰ ਐਂ ਕਰੋ, 7 BJP ਦੇ ਜੜਾ ਦਿਓ, ਉਹ ਅੱਜ ਕੱਲ੍ਹ 24 ਫੈਸਲਾ ਆ ਜਾਵੇ, ਉੱਥੇ ਤਿਆਰੀ ਚੱਲ ਰਹੀ ਹੈ ਕਿ ਇਹਨਾਂ ਦੀ 7 ਦੀਆਂ ਕੁਰਸੀਆਂ ਘਟਾ ਦਿਓ, ਇਹਨਾਂ ਦੀ ਵੀ ਘਟਾ ਦਿਓ ਗਿਣਤੀ। ਸੋ ਇਸ ਲਈ ਇਹ ਜੋੜ ਤੋੜ, ਉਹ ਉਹਨਾਂ ਦੇ ਰਾਹ 'ਤੇ ਖੇਡ ਰਹੇ ਨੇ। ਸੋ ਰਾਜਨੀਤਿਕ ਧਿਰਾਂ ਰਾਜਨੀਤੀ ਉਹ ਕਰਦੀਆਂ ਨੇ, ਸੂਬਿਆਂ ਲਈ ਕੰਮ ਘੱਟ ਕਰਦੀਆਂ ਨੇ। 1500 ਦਾ ਐਲਾਨ ਜਾਂ 1000 ਦਾ ਐਲਾਨ ਵੋਟਾਂ ਲਈ ਹੈ। ਸੋ ਅੱਜ ਦਾ ਬਜਟ ਲਗਭਗ ਪੰਜਾਬ ਦੇ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ ਹੀ ਹੈ ਜੀ, ਅਤੇ ਪਰ ਉਹਦੇ ਵਿੱਚੋਂ ਆਹ ਸੱਚ ਕੋਈ ਦੱਸਣ ਨੂੰ ਤਿਆਰ ਨਹੀਂ ਕਿ ਭਾਈ ਅਸੀਂ ਹਰ ਮਹੀਨੇ 4000 ਕਰੋੜ ਦਾ ਕਰਜ਼ਾ ਚੱਕ ਰਹੇ ਹਾਂ, ਮਾਰਚ ਮਹੀਨੇ 'ਚ ਅਸੀਂ 3300 ਕਰੋੜ ਦੇ ਪੈਸੇ ਮੰਗੇ ਹੋਏ ਨੇ, ਹੈ, ਅਤੇ 50 ਕਰੋੜ ਔਸਤਨ ਲਗਭਗ ਸਾਨੂੰ ਹਰ ਰੋਜ਼ ਸਿਰਫ ਕੁੱਲ ਲੋਨ ਦਾ, ਕੁੱਲ ਕਰਜ਼ੇ ਦਾ ਸਿਰਫ ਵਿਆਜ ਤਾਰਨ ਲਈ ਚਾਹੀਦਾ। ਅਤੇ ਪੰਜਾਬ ਦੀ ਹਾਲਤ ਕੀ ਹੈ ਇਸ ਮਸਲੇ 'ਤੇ ਚਰਚਾ ਜੇ ਕਰਦੇ ਚੰਗੇ ਲੱਗਦੇ। ਬਿਲਕੁਲ, ਸੋ ਇਸ ਲਈ ਇਸ ਵਿਧਾਨ ਸਭਾ 'ਚ ਤੁਸੀਂ ਪੰਜਾਬ ਦੇ ਫਿਕਰਾਂ ਨੂੰ ਲੈ ਕੇ ਬੈਠੇ ਨਹੀਂ, ਇਹਦੇ ਲਈ 117 ਜ਼ਿੰਮੇਵਾਰ ਹੋ। ਕਿਉਂਕਿ ਇਹਦੇ 'ਤੇ ਦੇਖੋ, ਕਰੋੜਾਂ ਰੁਪਏ ਡੇਲੀ ਦਾ ਉਹਦੇ ਦੇ ਖਰਚਾ, ਸਭਾ ਦੀ ਰੋਜ਼ਾਨਾ ਦਾ ਖਰਚਾ। ਲੋਕਾਂ ਨੂੰ ਕਹਿੰਦੇ ਆਹ, ਲੋਕ ਕਹਿੰਦੇ ਸੀ ਸਾਨੂੰ ਛੋਟਾ ਸੈਸ਼ਨ ਕਰ ਲੈਂਦੇ ਆ, ਅਸੀਂ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਰੱਖਿਆ, ਉਹ ਭਰਾਵਾ ਉਹ 'ਚ ਵੀ 5 ਛੁੱਟੀਆਂ ਨੇ, ਕਿਹਨੂੰ ਮੂਰਖ ਬਣਾਉਂਦੇ ਹੋ? ਬਿਲਕੁਲ, ਪਹਿਲੇ ਦਿਨ ਤੋਂ ਬਾਅਦ ਸ਼ਨੀ ਐਤਵਾਰ ਆ ਗਿਆ, ਅਗਲੇ ਵਾਰ ਫਿਰ ਸ਼ਨੀ ਐਤਵਾਰ ਆਉਣਾ, ਵਿੱਚ ਸ਼ਿਵਰਾਤਰੀ ਦੀ ਛੁੱਟੀ ਹੈ। ਬਿਲਕੁਲ, ਹੋ ਸਕਦਾ 1 ਦੀ ਕੋਈ ਹੋਰ ਨਾ ਹੋਵੇ ਜੀ। ਅਤੇ ਇੱਕ ਜਿਹੜੀ ਹੁਣ ਤੁਸੀਂ ਗੱਲ ਦੱਸੀ ਹੈ ਨਾ, ਇਹ ਗੱਲ ਤੋਂ ਸੁਣ ਕੇ ਇੱਕ ਚੀਜ਼ ਦਿਮਾਗ ਦੇ ਵਿੱਚ ਆਈ ਕਿ ਜਿੰਨਾ ਇਹ ਲੋਕਾਂ ਦੇ ਲਈ ਸੁਣਨਾ ਮੁਸ਼ਕਲ ਆ, ਜਿਹੜਾ ਹੁਣ ਤੁਸੀਂ ਸੱਚ ਦੱਸਿਆ 100 ਰੁਪਏ ਦੇ ਵਿੱਚੋਂ 58 ਰੁਪਏ ਤੁਹਾਡੇ ਕਿੱਥੇ ਗਏ, ਬਾਕੀ ਕਿੱਥੇ ਗਏ, ਬਾਕੀ ਕਿੱਥੇ ਗਏ, ਜਿੰਨਾ ਇਹ ਲੋਕਾਂ ਦੇ ਲਈ ਸੁਣਨਾ ਮੁਸ਼ਕਲ ਆ, ਉਹਦੇ ਨਾਲੋਂ ਕਿਤੇ ਜ਼ਿਆਦਾ ਇਹ ਉਹਨਾਂ ਪੋਲੀਟੀਸ਼ੀਅਨਾਂ ਦੇ ਲਈ ਲੋਕਾਂ ਨੂੰ ਦੱਸਣਾ ਮੁਸ਼ਕਲ ਆ, ਇਹ ਚੀਜ਼ ਮੰਨਦੇ ਹੋ? ਬਿਲਕੁਲ ਬਿਲਕੁਲ ਬਿਲਕੁਲ। ਅਤੇ ਪੰਜਾਬ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਸਮਝਣਾ ਪਏਗਾ ਕਿ ਅਸੀਂ ਬਾਕੀ ਸਾਰੀਆਂ ਚੀਜ਼ਾਂ ਤੋਂ ਪਰੇ ਹਟ ਕੇ, ਅਸੀਂ ਵਾਹ ਵਾਹ ਤਾੜੀਆਂ ਮਾਰ ਤੋਂ ਚੱਕ ਲਿਆ ਹੋਏ, ਉਹਨੂੰ ਗਾਲਾਂ ਕੱਢਤੀਆਂ, ਉਹਨੂੰ ਤੂੰ ਕਹਿਤਾ, ਉਹ ਚੀਜ਼ ਤੋਂ ਪਰੇ ਰੱਖ ਕੇ ਸਾਨੂੰ ਮੁੱਦਿਆਂ ਦੇ ਉੱਤੇ ਜੇਕਰ ਅਸੀਂ ਸਾਰਥਕ ਢੰਗ ਨਾਲ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੀਏ ਕਿ ਤੁਸੀਂ ਭਾਈ ਮੁੱਦਿਆਂ ਦੇ ਉੱਤੇ ਚਰਚਾ ਕਰੋ, ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਕਰੋ, ਤਾਂ ਹੋ ਸਕਦਾ ਪੰਜਾਬ ਦਾ ਭਲਾ ਹੋਵੇ। ਅਤੇ ਜੇਕਰ ਪੋਲੀਟੀਸ਼ੀਅਨਾਂ ਦੇ ਸਿਰ ਦੇ ਉੱਤੇ ਲੋਕ ਬੈਠੇ ਰਹਿਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਸ ਹੱਦ ਤੱਕ ਅਸੀਂ ਪਹੁੰਚ ਸਕਾਂਗੇ, ਹੈ ਨਾ ਜੀ। ਅਤੇ MPs ਦੀ ਹੁਣ ਗੱਲ ਕਰ ਲੈਂਦੇ, ਚਲੋ ਲੋਕਾਂ ਦੇ ਮਨਾਂ ਦੇ ਵਿੱਚ MP ਉੱਤਰਦੇ ਦੇਖੇ ਜੀ, ਕਹਿੰਦੇ ਇਸ ਵਾਰੀ ਤਾਂ ਪੰਜਾਬ ਦੇ ਜਿਹੜੇ 13 ਦੇ 13 MP ਨੇ, ਉਹਨਾਂ 'ਚੋਂ ਬੜੇ MP ਐਸੇ ਨੇ ਜਿਹੜੇ ਆਪਣੀਆਂ ਪਾਰਟੀਆਂ ਦੇ ਮਨੋਂ ਹੀ ਉੱਤਰ ਗਏ, ਪਾਰਟੀਆਂ ਉਹਨਾਂ ਨੂੰ ਪ੍ਰਾਇਰਟੀ 'ਤੇ ਰੱਖਣ ਲਈ ਤਿਆਰ ਨਹੀਂ ਨੇ, ਉਹ ਦੱਸੋ ਜੀ। ਦੇਖੋ, ਇੱਕ ਪਾਸੇ ਤਾਂ ਆਹ ਸਥਿਤੀ ਹੈ ਕਿ ਕੁਝ ਮੌਜੂਦਾ MP 6-7 MP ਆਪਣੀ ਉਹ ਪਾਰਟੀਆਂ ਦੇ ਪਹਿਲੀ ਪਸੰਦ ਨਹੀਂ ਬਣ ਰਹੇ ਉਮੀਦਵਾਰੀ ਵਜੋਂ, ਦੂਜੀ ਤੀਜੀ ਪਸੰਦ ਤਾਂ ਹੋ ਸਕਦੇ ਆ, ਪਹਿਲੀ ਪਸੰਦ ਨਹੀਂ, ਉਹਨਾਂ ਨੇ ਸਰਵਿਆਂ ਦੇ ਵਿੱਚ ਆਇਆ ਉਹਨਾਂ ਦੇ। ਅੱਛਾ ਜੀ। ਪਰ ਉਹਦੇ ਨਾਲੋਂ ਵੀ ਇੱਕ ਹੋਰ ਕਮਾਲ ਦਾ ਪਹਿਲੂ ਮੈਂ ਤੁਹਾਨੂੰ ਦੱਸਦਾ ਕਿ ਕਿਸਾਨ ਅੰਦੋਲਨ ਚੱਲਿਆ ਪੰਜਾਬ 'ਚ, BJP ਖਿਲਾਫ਼ ਤਲਖੀ ਹੋਰ ਵਧੀ, ਜਿਹੜੀ ਪਹਿਲਾਂ ਵੀ ਇੰਨਾ ਨਹੀਂ ਸੀ ਜਿੰਨਾ ਪੈਂਦਾ ਰਿਹਾ, ਅਕਾਲੀ ਦਲ ਕਰਕੇ ਪੈਂਦਾ ਰਿਹਾ, ਜਾਂ 2-3 ਸੀਟਾਂ ਪਠਾਨਕੋਟ ਗੁਰਦਾਸਪੁਰ ਸਾਈਡ ਉਹਨਾਂ ਨੂੰ ਲੱਗਦਾ ਕਿ ਸਾਡਾ ਜ਼ੋਰ ਹੈ ਉੱਥੇ ਚੱਲਦਾ ਰਿਹਾ। ਬਿਲਕੁਲ ਜੀ। ਪਰ ਕੁੱਲ ਮਿਲਾ ਕੇ ਪੰਜਾਬ 'ਚ BJP ਦੇ ਪੈਰ ਨਹੀਂ ਸੀ ਲੱਗੇ, ਅਕਾਲੀ ਦਲ ਦੇ ਬਾਵਜੂਦ ਵੀ, ਜਿੰਨੇ ਕੁ ਲੱਗੇ ਅਕਾਲੀ ਦਲ ਨੇ ਲਵਾਏ ਨੇ। ਹਾਂ, ਇਹ ਵੀ ਗੱਲ ਫਿੱਟ ਹੈ। ਫਿਰ ਕਿਸਾਨ ਅੰਦੋਲਨ ਦੌਰਾਨ ਰੋਸਾ ਹੋਰ ਵੱਧ ਗਿਆ, BJP ਦੀ ਸਥਿਤੀ ਹੋਰ ਪਤਲੀ ਹੋ ਗਈ।
ਉਹ ਤੋਂ ਬਾਅਦ ਜੀ ਅਚਾਨਕ ਹੀ ਅੰਦੋਲਨ ਖਤਮ ਹੁੰਦਾ ਤੇ ਐਂ ਲੱਗਦਾ ਜਿਵੇਂ ਪੰਜਾਬ 'ਚ ਬੀਜੇਪੀ ਹੋਰ ਕੋਈ ਹੈ ਹੀ ਨਹੀਂ, ਸਾਰੀਆਂ ਪਾਰਟੀਆਂ ਉੱਧਰ ਨੂੰ ਭੱਜਦੀਆਂ, ਸਾਰੇ ਲੀਡਰ ਉੱਧਰ ਨੂੰ ਭੱਜਦੇ ਆ। ਆ ਫਿਰ ਕਿਸਾਨੀ ਮਸਲਿਆਂ 'ਤੇ ਅਜੇ ਚਾਹੇ ਕੁਝ ਧਿਰਾਂ ਨੇ ਧਰਨਾ ਲਾਇਆ, ਧਰਨਾ ਲੱਗਿਆ ਅਤੇ ਬੀਜੇਪੀ ਨੂੰ ਪੰਜਾਬ ਦੀ ਨੂੰ ਫਿਰ ਡਰ ਲੱਗਣ ਲੱਗਿਆ ਲੈ ਵੀ ਸਾਡੇ ਲਈ ਡਾਵਾਡੋਲ ਸਥਿਤੀ। ਪਰ ਤੁਸੀਂ ਹੈਰਾਨ ਹੋ ਗਏ, 13 ਸੀਟਾਂ ਲਈ 230 ਬੰਦਿਆਂ ਨੇ ਟਿਕਟਾਂ ਲਈ ਦਾਅਵੇਦਾਰੀ ਕੀਤੀ ਹੈ ਬੀਜੇਪੀ 'ਚ, ਇੰਨੀਆਂ ਹੋਰ ਕਿਸੇ ਪਾਰਟੀ 'ਚ ਨਹੀਂ ਹੋਣੀ। ਅੱਛਾ ਜੀ, 13 ਸੀਟਾਂ ਲਈ 230 ਬੰਦੇ ਬੀਜੇਪੀ 'ਚ ਲਾਈਨ 'ਚ ਖੜੇ ਨੇ ਦਾਅਵੇਦਾਰੀ ਠੋਕੇ, ਜਿਹਨਾਂ 'ਚੋਂ ਵੱਧ ਸਿੱਖ ਭਾਈਚਾਰੇ ਵਾਲੇ ਨੇ, ਤੋ ਇਸ ਲਈ ਪੰਜਾਬ ਨੂੰ ਮੂਰਖ ਬਣਾਉਣ ਲੱਗੇ ਹੋਏ ਨੇ ਸਿਆਸਤਦਾਨ। ਪੰਜਾਬ ਬੀਜੇਪੀ ਨਾਲ ਜਾਊ ਨਹੀਂ ਜਾਊ ਪਤਾ ਨਹੀਂ, ਪਰ ਲੀਡਰਾਂ ਨੂੰ ਇਹ ਲੱਗੀ ਪਏ ਉਹਦੇ ਪਿੱਛੇ ਇਹ ਨੀਗਾ ਕਿ ਅਸੀਂ ਬੀਜੇਪੀ ਤੋਂ ਟਿਕਟ ਲੈ ਕੇ MP ਬਣ ਜਾਵਾਂਗੇ, ਉਹਦੇ ਪਿੱਛੇ ਕਿ ਬੜੀ ਧਿਰ ਵੱਲੋਂ ਲੜਾਂਗੇ ਤਾਂ ਕੱਲ੍ਹ ਨੂੰ ਕੋਈ ਹੋਰ 'ਤੇ ਦਾਣਾ ਪਾਊਗੀ ਉੱਥੇ ਜਾ ਕੇ ਚੁਗਾਂਗੇ, ਜੇ ਕੱਲ੍ਹ ਨੂੰ ਇਹਨਾਂ ਦੇ ਪੈਰ ਲੱਗ ਗਏ ਫਿਰ ਕਹਾਂਗੇ ਦੇਖੋ ਜੀ ਔਖੇ ਸਮੇਂ ਅਸੀਂ ਖੜੇ ਸੀ। ਸੋ ਇਹ ਦੋਹਰੀ ਖੇਡ ਖੇਡਦੇ ਆ। ਇੱਧਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਸਰਵੇ ਆ ਇੱਕ ਮੀਡੀਆ ਅਦਾਰੇ ਦਾ, ਉਹ ਸਰਵੇ ਹੈਰਾਨ ਕਰਦਾ ਕਿ 13 ਦੇ ਵਿੱਚੋਂ 7 ਥਾਵਾਂ ਦੇ ਉੱਤੇ ਲਗਭਗ ਆਪਣੀ ਹੀ ਪਾਰਟੀ ਦੀ ਪਹਿਲੀ ਪਸੰਦ ਨਹੀਂ ਬਣੇ ਮੌਜੂਦਾ MP, ਪਰ ਕਿਹੜੀ ਕਿਹੜੀ ਪਾਰਟੀ ਦਾ ਕਿਹੜਾ ਕਿਹੜਾ ਉਮੀਦਵਾਰ ਮੂਹਰੇ ਆ ਮੈਂ ਉਹਦੇ ਹਵਾਲੇ ਨਾਲ ਗੱਲ ਕਰਦਾ। ਅੰਮ੍ਰਿਤਸਰ MP ਹੈਗੇ ਕਾਂਗਰਸ ਦੇ ਗੁਰਜੀਤ ਔਜਲਾ, ਬਿਲਕੁਲ, ਪਰ ਉੱਥੋਂ ਕਾਂਗਰਸ ਦੀ ਪਹਿਲੀ ਪਸੰਦ ਹੈਗੇ ਨਵਜੋਤ ਸਿੰਘ ਸਿੱਧੂ, 32% ਵੋਟਾਂ ਦੇ ਨਾਲ ਮੂਹਰੇ ਨੇ ਉਹ। ਗੁਰਜੀਤ ਔਜਲਾ ਕਾਂਗਰਸੀ MP ਨੇ, ਪਰ ਉੱਥੇ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਸਭ ਤੋਂ ਮੂਹਰੇ ਨੇ 32% ਦਾਅਵੇਦਾਰੀ ਨਾਲ, ਤੇ ਸ਼ਵੇਤ ਮਲਿਕ ਭਾਜਪਾ ਵੱਲੋਂ 29% ਨਾਲ ਨੰਬਰ 1 ਤੇ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ 'ਚ ਭਗਵੰਤ ਸਿੰਘ ਨੇ ਉੱਥੇ 41% ਨਾਲ ਮੂਹਰੇ ਨੇ। ਅਕਾਲੀ ਦਲ ਵੱਲੋਂ ਅਨਿਲ ਜੋਸ਼ੀ 58% ਨਾਲ ਮੂਹਰੇ ਨੇ। ਮਜੀਠੀਆ ਵੀ ਦੌੜ 'ਚ ਹੈਗੇ, ਹੋਰ ਵੀ ਹੈਗੇ, ਪਰ ਮੂਹਰੇ ਮੂਹਰੇ ਵਾਲੀ ਦੀ ਗੱਲ ਕਰ ਰਹੇ ਹਾਂ, ਪਰ ਨੰਬਰ 1 ਹਰੇਕ ਪਾਰਟੀ ਦਾ। ਉਹ ਤੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ, ਹਾਂਜੀ, ਮਨੀਸ਼ ਤਿਵਾੜੀ, ਬਿਲਕੁਲ, ਕਾਂਗਰਸ ਦੇ ਨੇ ਕਦੇ ਰੌਲਾ ਪੈਂਦਾ ਮਨੀਸ਼ ਤਿਵਾੜੀ ਲੁਧਿਆਣੇ ਚਲ ਜਾਣਗੇ, ਕਦੇ ਕਹਿੰਦੇ ਚੰਡੀਗੜ੍ਹ ਵੀ ਆ ਸਕਦੇ ਆ, ਨਾ ਗੱਲ ਬਣੀ BJP 'ਚ ਵੀ ਆ ਸਕਦੇ ਆ, ਬੜੀਆਂ ਚਰਚਾ ਵਾਂ, ਹਾਂਜੀ, ਪਰ ਤਾਂ ਵੀ ਉਸ ਦੇ ਬਾਵਜੂਦ ਕਾਂਗਰਸ ਦੀ ਪਹਿਲੀ ਪਸੰਦ ਆਨੰਦਪੁਰ ਸਾਹਿਬ ਤੋਂ ਅਜੇ ਮਨੀਸ਼ ਤਿਵਾੜੀ ਹੋਣੇ। ਠੀਕ ਹੈ ਜੀ, ਲਗਭਗ 48% ਵੋਟਾਂ ਦੇ ਨਾਲ ਕਾਂਗਰਸ ਵੱਲੋਂ ਦਾਅਵੇਦਾਰੀ ਮਨੀਸ਼ ਤਿਵਾੜੀ ਦੀ ਆਨੰਦਪੁਰ ਸਾਹਿਬ ਸੀਟ ਤੋਂ। ਉੱਥੇ ਅਜੇ ਵੀ ਲਾਲਪੁਰਾ ਹੋਰੀ ਲਾਲਪੁਰਾ ਦੇ ਮੁੰਡੇ ਹੈ ਨਾ, ਉਹ ਭਾਜਪਾ ਦੀ 34% ਨਾਲ ਦਾਅਵੇਦਾਰੀ ਉਹਨਾਂ ਦੀ ਆ। ਮਾਲਵਿੰਦਰ ਕੰਗ ਹੋਰੀ 37% ਨਾਲ ਨੇ, ਜਦੋਂ ਕਿ ਦੀਪਕ ਬਾਲੀ ਵੀ ਉੱਥੋਂ ਦਾਅਵੇਦਾਰੀ ਪੇਸ਼ ਕਰ ਰਹੇ ਨੇ ਆਪਣੀ ਹੈ। ਅਤੇ ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਦਲਜੀਤ ਚੀਮਾ ਹੋਰੀ ਬਰਾਬਰ ਦੇ ਲਗਭਗ ਦਾਅਵੇਦਾਰ ਨੇ ਉੱਥੋਂ ਅਕਾਲੀ ਦਲ ਦੇ ਹਵਾਲੇ ਨਾਲ। ਠੀਕ ਹੈ ਜੀ, ਅਤੇ ਤੀਜਾ ਆ ਗਿਆ ਬਠਿੰਡਾ। ਬਠਿੰਡਾ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਸੁਖਬੀਰ ਬਾਦਲ, ਹਾਂਜੀ, ਜਿਵੇਂ ਆਪਣੀ ਸੀਟ ਤੋਂ ਦਾਅਵੇਦਾਰ ਨੇ, ਉਸੇ ਤਰ੍ਹਾਂ ਉੱਥੋਂ ਬੀਬੀ ਹਰਸਿਮਰਤ ਕੌਰ ਅਜੇ ਵੀ ਦਾਅਵੇਦਾਰ ਹੈ। ਅੱਛਾ ਜੀ, ਸੋ ਅਕਾਲੀਆਂ ਦੀ ਪਹਿਲੀ ਪਸੰਦ ਬੀਬੀ ਹਰਸਿਮਰਤ ਕੌਰ ਹੈ ਉੱਥੋਂ। ਅਗਲੀ ਲੜੇ ਨਾ ਲੜੇ, ਅਤੇ ਅਕਾਲੀਆਂ ਨੇ ਦਾਅਵਾ ਨਹੀਂ ਕੀਤਾ, ਤੁਸੀਂ ਇੱਥੋਂ ਦਾਅਵਾ ਲਾ ਲਓ ਕਿ 74% ਪਹਿਲੀ ਪਸੰਦ ਅਕਾਲੀ ਦਲ ਦੀ ਉੱਥੋਂ ਬੀਬੀ ਹਰਸਿਮਰਤ ਕੌਰ ਹੈ ਬਠਿੰਡੇ ਤੋਂ। ਹੈਂ, ਜਦੋਂ ਕਿ ਭਾਜਪਾ ਵੱਲੋਂ ਸਰੂਪਚੰਦ ਸਿੰਗਲਾ 50% ਨਾਲ ਦਾਅਵੇਦਾਰ ਨੇ। ਹੈਂ, ਅਮਿਤ ਬੜਿੰਗ ਉਹਦੀ ਪਤਨੀ, ਅਮਿਤਾ ਬੜਿੰਗ, ਅੰਮ੍ਰਿਤਾ ਬੜਿੰਗ ਹੈ ਨਾ, ਰਾਜਾ ਬੜਿੰਗ ਦੀ ਵਾਈਫ, ਉਹ 41% ਨਾਲ ਕਾਂਗਰਸ ਵੱਲੋਂ ਦਾਅਵੇਦਾਰ ਆ, ਅਤੇ ਆਪ ਵੱਲੋਂ ਅਮਰਜੀਤ ਮਹਿਤਾ ਹੋਰੀ ਨੇ ਕੋਈ 29% ਨਾਲ ਉਹ ਦਾਅਵੇਦਾਰ ਨੇ। ਇਸੇ ਤਰ੍ਹਾਂ ਫਰੀਦਕੋਟ ਰਾਖਵੀਂ ਸੀਟ ਆ, ਮੁਹੰਮਦ ਸਦੀਕ ਹੋਰੀ ਮੈਂਬਰ ਪਾਰਲੀਮੈਂਟ ਨੇ, ਅਤੇ ਪਰ ਇਸ ਵਾਰ ਉਹ ਪਹਿਲੀ ਪਸੰਦ ਨਹੀਂ ਹੈਗੇ ਕਾਂਗਰਸ ਦੀ, ਉਹਨਾਂ ਦੀ ਥਾਂ ਦੇ ਉੱਤੇ ਸੁਖਵਿੰਦਰ ਡੈਨੀ 41% ਨਾਲ ਉੱਥੋਂ ਦਾਅਵੇਦਾਰ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਬੇਸ਼ੱਕ ਬਲਜੀਤ ਕੌਰ 44% ਨਾਲ ਦਾਅਵੇਦਾਰ ਆ, ਪਰ ਪਤਾ ਬਲਜੀਤ ਕੌਰ ਸ਼ਾਇਦ ਨਾ ਲੜਨ, ਅਤੇ ਜੇ ਮੁਹੰਮਦ ਸਦੀਕ ਵਾਲੀ ਟਿਕਟ ਡਿਕਲੇਅਰ ਪਹਿਲਾਂ ਹੋ ਜਾਂਦੀ ਆ, ਹੈਂ, ਫਿਰ ਜੇ ਉਹਦੀ ਥਾਂ 'ਤੇ ਕੋਈ ਹੋਰ ਆਉਂਦਾ ਫਿਰ ਉਸ ਦਾ ਕਰਮਜੀਤ ਅਨਮੋਲ ਉੱਥੋਂ ਆ ਜਾਵੇ, ਜੇ ਮੁਹੰਮਦ ਸਦੀਕ ਆਊਗਾ ਫਿਰ ਕਰਮਜੀਤ ਅਨਮੋਲ ਉੱਥੋਂ ਨਹੀਂ ਲੜੂਗਾ। ਅੱਛਾ, ਉਹ ਕਹਿੰਦਾ ਕਿ ਮੈਂ ਮੁਹੰਮਦ ਸਦੀਕ ਉਹਨਾਂ ਸਾਹਮਣੇ ਨਹੀਂ ਲੜਾਂ, ਮੈਂ ਸਤਿਕਾਰ ਕਰਦਾ ਉਹਨਾਂ ਦਾ, ਹੈ ਨਾ, ਇਸ ਲਈ ਫਿਰ ਉਹ ਸਕਦਾ ਕਰਮਜੀਤ ਅਨਮੋਲ ਜਾਂ ਸੰਗਰੂਰ ਤੋਂ ਆ ਜਾਵੇ, ਜੇ ਸੰਗਰੂਰ ਤੋਂ ਡਰ ਲੱਗਿਆ ਕਿ ਕਿਸਾਨੀ ਅੰਦੋਲਨ ਕਰਨ ਖੰਡੂਰੀ ਕਾਂਡ ਕਰਨ, ਫਿਰ ਉਸ ਦਾ ਉਹਨੂੰ ਫਤਿਹਗੜ੍ਹ ਸਾਹਿਬ ਲਿਆਉਣ ਕਿਤੇ ਵੀ ਲਿਆ ਸਕਦੇ ਆ। ਪਰ ਉੱਥੋਂ ਕਾਂਗਰਸ ਦੇ 41% ਨਾਲ ਡੈਨੀ ਮੂਹਰੇ ਨੇ, ਮੁਹੰਮਦ ਸਦੀਕ ਨਹੀਂ ਹੈਗੇ।
ਮੂਹਰੇ ਮੂਹਰੇ ਨਹੀਂ ਗਏ, ਵਿੱਚ ਦੌੜ ਚ ਹੈਗੇ। ਇਸੇ ਤਰ੍ਹਾਂ ਭਾਜਪਾ ਵੱਲੋਂ ਪਰਮਜੀਤ ਕੌਰ ਗੁਲਸ਼ਨ 32% ਨਾਲ, ਬਲਜੀਤ ਕੌਰ 44% ਹੈਗੇ, ਜਦੋਂ ਕਿ ਹੁਣ ਲਗਭਗ ਤੈਅ ਹੈ ਕਿ ਮੰਤਰੀ ਅਤੇ MLA ਸ਼ਾਇਦ ਟਿਕਟਾਂ ਨਾ ਲੈਣ। ਹੈਂ ਇਸੇ ਤਰ੍ਹਾਂ ਗੁਲਜਾਰ ਸਿੰਘ ਰਣੀਕੇ ਅਕਾਲੀ ਦਲ ਵੱਲੋਂ 32% ਉੱਥੋਂ ਦਾਅਵੇਦਾਰ ਨੇ। ਫਿਰ ਆ ਜਾਓ ਸ਼੍ਰੀ ਫਤਿਹਗੜ੍ਹ ਸਾਹਿਬ, ਇਹ ਵੀ ਰਾਖਵੀਂ ਸੀਟ ਹੈ। ਅਮਰ ਸਿੰਘ ਉੱਥੋਂ ਕਾਂਗਰਸ ਦੇ ਮੌਜੂਦਾ MP ਨੇ, ਪਰ ਪਹਿਲੀ ਪਸੰਦ ਸ਼ਮਸ਼ੇਰ ਸਿੰਘ ਦੁੱਲੋ ਨੇ 38% ਨਾਲ ਕਾਂਗਰਸ ਦੀ, ਜਦੋਂ ਕਿ ਦੁੱਲੋ ਬਾਰੇ ਇਹ ਵੀ ਚਰਚਾ ਚੱਲ ਪਈ ਸੀ ਕਿ ਲੈ ਵੀ ਕਿਤੇ BJP ਕਿ ਨਹੀਂ ਨਾ ਚਲੇ ਜਾਣ, ਸੋ ਇਸ ਲਈ ਪਤਾ ਨਹੀਂ ਉੱਥੋਂ BJP ਦੀ ਟਿਕਟ ਨਾ ਮਿਲ ਜਾਵੇ। ਪਰ ਫਿਰ ਵੀ ਕਾਂਗਰਸ ਵੱਲੋਂ ਸ਼ਮਸ਼ੇਰ ਦੁੱਲੋ 38% ਨਾਲ ਪਹਿਲੇ ਨੰਬਰ 'ਤੇ ਦਾਅਵੇਦਾਰ ਨੇ। ਭਾਜਪਾ ਵੱਲੋਂ ਇੰਦਰ ਇਕਬਾਲ ਰਿੰਕੂ 38% ਨਾਲ ਦਾਅਵੇਦਾਰ ਨੇ। ਇਸੇ ਤਰ੍ਹਾਂ ਆਪ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਹੋਰੀ, ਪਤਾ ਨਹੀਂ ਹੁਣ ਟਿਕਟ ਲੈਣੀ ਹੈ ਕਿ ਨਹੀਂ ਲੈਣੀ ਉਹਨਾਂ ਨੇ, ਪਰ ਦਾਅਵੇਦਾਰੀ 'ਚ ਮੂਹਰੇ ਹੈ 35% ਨਾਲ। ਅਕਾਲੀ ਦਲ ਵੱਲੋਂ ਬਿਕਰਮਜੀਤ ਖਾਲਸਾ ਨੇ 53% ਨਾਲ। ਫਿਰੋਜ਼ਪੁਰ ਸੁਖਬੀਰ ਬਾਦਲੇ ਪਹਿਲੀ ਪਸੰਦ ਨੇ, ਪਤਾ ਨਹੀਂ ਜੇ BJP ਨਾਲ ਗੱਠਜੋੜ ਹੋ ਗਿਆ ਤਾਂ ਸ਼ਾਇਦ ਇੱਕੋ ਸੀਟ ਮਿਲੇ, ਚਾਹੇ ਘਰ ਵਾਲੀ ਨੂੰ ਮਿਲੇ, ਚਾਹੇ ਆਪ ਨੂੰ ਮਿਲੇ। ਸੁਖਬੀਰ ਜਾਂ ਹਰਸਿਮਰਤ ਤੋਂ ਇੱਕੋ ਲੜੇ, ਕਿੱਥੋਂ ਲੜੇ ਇਹ ਵੀ ਨਹੀਂ ਪਤਾ। ਸੁਖਬੀਰ ਬਾਦਲ ਹੋਰੀ ਅਜੇ ਵੀ ਫਿਰੋਜ਼ਪੁਰ ਤੋਂ 67% ਦੇ ਨਾਲ ਪਹਿਲੀ ਦਾਅਵੇਦਾਰ ਨੇ। ਅਤੇ ਰਵਿੰਦਰ ਆਮਲਾ ਕਾਂਗਰਸ ਦੇ ਵੀ ਦਾਅਵੇਦਾਰ ਨੇ ਅਤੇ ਭਾਜਪਾ ਦੇ ਵੀ ਦਾਅਵੇਦਾਰ ਨੇ। ਭਾਜਪਾਈਆਂ ਦੀ ਵੀ ਪਹਿਲੀ ਪਸੰਦ ਰਵਿੰਦਰ ਆਮਲਾ 51% ਨਾਲ, ਅਤੇ ਕਾਂਗਰਸੀਆਂ ਦੀ ਪਹਿਲੀ ਪਸੰਦ 31% ਨਾਲ ਉਹ ਨੇ। ਦੋਵਾਂ ਦੀ ਪਸੰਦ ਹੋ ਨੇ। ਤੇ ਉਹ ਤੋਂ ਬਾਅਦ ਗੁਰਸੇਵਕ ਸਿੰਘ ਆਮ ਆਦਮੀ ਪਾਰਟੀ ਵੱਲੋਂ 24% ਨਾਲ ਦਾਅਵੇਦਾਰ ਨੇ। ਗੁਰਦਾਸਪੁਰ ਤੋਂ ਸੰਨੀ ਦਿਓਲ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ, ਪਰ ਪਹਿਲੀ ਪਸੰਦ ਨਹੀਂ ਹੈਗੇ। ਉੱਥੋਂ ਕਦੇ ਗੱਲ ਚੱਲਦੀ ਹੈ ਕਿ ਯੁਵਰਾਜ ਨੂੰ ਲੈ ਜਾਓ ਜੀ, ਉਹਨੂੰ ਲੈ ਜਾਓ, ਸ਼ਾਇਦ ਯੁਵਰਾਜ ਲੜਨ ਨੂੰ ਨਾ ਕਰ ਗਿਆ। ਅਕਸ਼ੇ ਕੁਮਾਰ ਦੀ ਵੀ ਚਰਚਾ ਵਾ। ਭਾਜਪਾ ਦੀ ਪਹਿਲੀ ਪਸੰਦ ਉੱਥੋਂ ਕਵਿਤਾ ਖੰਨਾ 33% ਨਾਲ, ਕਾਂਗਰਸ ਵੱਲੋਂ ਅਮਿਤ ਬਿਜੋਰੀ 30% ਨਾਲ, ਰਮਨ ਬਹਿਲ ਆਮ ਆਦਮੀ ਪਾਰਟੀ ਵੱਲੋਂ 41% ਨਾਲ, ਅਕਾਲੀ ਦਲ ਵੱਲੋਂ ਗੁਰਬਚਨ ਸਿੰਘ ਬੱਬੇਹਾਲੀ 38% ਨਾਲ ਦਾਅਵੇਦਾਰ ਨੇ। ਠੀਕ ਹੈ ਜੀ। ਹੁਸ਼ਿਆਰਪੁਰ ਆਖਵੀਂ ਸੀਟ ਹੈ ਅਤੇ ਭਾਜਪਾ ਦੇ ਉੱਥੋਂ ਸੋਮ ਪ੍ਰਕਾਸ਼ ਨੇ, ਜਿਹੜੇ ਕੇਂਦਰੀ ਮੰਤਰੀ ਨੇ, ਅਤੇ ਪਹਿਲੀ ਪਸੰਦ ਵੀ ਉਹੀ ਨੇ। 44% ਸੋਮ ਪ੍ਰਕਾਸ਼ ਹੀ ਉੱਥੋਂ ਦਾਅਵੇਦਾਰ ਨੇ ਭਾਜਪਾ ਦੇ। ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਦਾਅਵੇਦਾਰ ਨੇ ਉੱਥੇ 60% ਨਾਲ, ਡਾਕਟਰ ਰਣਜੋਤ ਸਿੰਘ ਹੋਰੀ 42% ਨਾਲ ਆਪ ਦੇ ਦਾਅਵੇਦਾਰ ਨੇ, ਜਸਵੀਰ ਸਿੰਘ ਗੜੀ ਹੋਰੀ ਅਕਾਲੀ ਦਲ ਵੱਲੋਂ 37% ਨਾਲ ਦਾਅਵੇਦਾਰ ਨੇ। ਜਲੰਧਰ ਰਾਖਵੀਂ ਸੀਟ ਹੈ, ਸੰਤੋਖ ਚੌਧਰੀ ਉਹਨਾਂ ਦੇ ਜਾਣ ਨਾਲ ਖਾਲੀ ਹੋਈ ਸੀ, ਪਰ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ MP ਨੇ, ਤਾਂ ਉਹੀ ਦਾਅਵੇਦਾਰਾਂ ਦੀ ਟਿਕਟ ਵੀ ਉਹਨਾਂ ਨੂੰ ਮਿਲਣੀ ਆ। ਉਹ 66% ਆਪ ਵੱਲੋਂ ਦਾਅਵੇਦਾਰ ਨੇ, ਪਰ ਕਾਂਗਰਸ ਵੱਲੋਂ ਇਸ ਵਾਰ ਚਰਨਜੀਤ ਚੰਨੀ ਸਭ ਤੋਂ ਮੂਹਰੇ ਨੇ ਉੱਥੇ। ਪਿਛਲੀ ਵਾਰ ਵੀ ਚੰਨੀ ਦਾ ਦਾਅਵਾ ਵੱਡਾ ਸੀ, ਪਰ ਉਹ ਪਰਿਵਾਰਕ ਤੌਰ 'ਤੇ ਦਿੱਤੀ ਗਈ, ਇਸ ਵਾਰ ਫਿਰ ਉਹਨਾਂ ਦਾ ਵੱਡਾ 39% ਦਾਅਵੇਦਾਰ ਨੇ ਕਾਂਗਰਸ ਵੱਲੋਂ। ਇੰਦਰ ਇਕਬਾਲ ਹੋਰੀ ਭਾਜਪਾ ਵੱਲੋਂ 31% ਨਾਲ ਦਾਅਵੇਦਾਰ ਨੇ, ਹੈ ਨਾ। ਪਵਨ ਟੀਨੂ ਅਕਾਲੀ ਦਲ ਵੱਲੋਂ ਦਾਅਵੇਦਾਰ ਨੇ 56% ਨਾਲ। ਠੀਕ ਹੈ ਜੀ। ਖੰਡੂਰ ਸਾਹਿਬ ਜਸਵੀਰ ਡਿੰਪਾ ਕਾਂਗਰਸ ਦੇ MP ਨੇ, ਪਰ ਪਹਿਲੇ ਦਾਅਵੇਦਾਰ ਨਹੀਂ ਹੈਗੇ। ਰਾਣਾ ਗੁਰਜੀਤ ਹੋਰੀ 53% ਨਾਲ ਕਾਂਗਰਸ ਵੱਲੋਂ ਪਹਿਲੇ ਦਾਅਵੇਦਾਰ ਬਣ ਕੇ ਆਏ ਨੇ। ਗੁਰਸੇਵਕ ਔਲਖ ਆਪ ਵੱਲੋਂ 40% ਨਾਲ ਦਾਅਵੇਦਾਰ ਬਣ ਕੇ ਆਏ ਨੇ। ਭਾਜਪਾ ਵੱਲੋਂ ਮਨਦੀਪ ਮੰਨਾ ਨੂੰ ਮੰਨੇ ਜਾ ਰਹੇ ਟਿਕਟ ਮਿਲ ਜਾਣੀ ਆ। ਮਨਦੀਪ ਮੰਨਾ 41% ਨਾਲ ਦਾਅਵੇਦਾਰ ਨੇ, ਹੈ ਨਾ। ਪਰਨੀਤ ਕੌਰ ਉੱਥੋਂ ਅਕਾਲੀ ਦਲ ਦੀ ਹੈ, 36% ਨਾਲ ਉਹ ਦਾਅਵੇਦਾਰ ਆ ਵੀ। ਲੁਧਿਆਣਾ ਰਵਨੀਤ ਬਿੱਟੂ ਕਹਿੰਦੇ ਸੀ ਟੰਕ ਚੇਂਜ ਕਰਨ ਨੂੰ ਫਿਰਦੇ ਨੇ ਜੀ, ਆਨੰਦਪੁਰ ਸਾਹਿਬ ਆਉਣ ਨੂੰ ਫਿਰਦੇ ਨੇ ਜੀ, ਮਨੀਸ਼ਟਵਾੜੀ ਨੂੰ ਉੱਥੇ, ਪਰ ਫਿਰ ਵੀ ਪਾਰਟੀ ਦੀ ਪਹਿਲੀ ਪਸੰਦ ਨੇ। 43% ਉੱਥੋਂ ਕਾਂਗਰਸ ਦੀ ਪਹਿਲੀ ਦਾਅਵੇਦਾਰੀ ਉਹਨਾਂ ਦੀ ਆ। ਸਿਮਰਜੀਤ ਸਿੰਘ ਬੈਂਸ ਭਾਜਪਾ ਵੱਲੋਂ ਦਾਅਵੇਦਾਰ ਨੇ। ਅੱਛਾ ਜੀ। 61% ਨਾਲ ਲੋਕ ਇਨਸਾਫ ਪਾਰਟੀ। ਜੀ ਹਾਂ। ਅੱਛਾ ਜੀ। ਆਪ ਵੱਲੋਂ ਜਸਵੀਰ ਜੋਸ਼ੀ 28% ਨਾਲ ਦਾਅਵੇਦਾਰ ਨੇ। ਸ਼ਰਨਜੀਤ ਢਿੱਲੋਂ ਅਕਾਲੀ ਦਲ ਵੱਲੋਂ 33% ਨਾਲ ਦਾਅਵੇਦਾਰ ਨੇ। ਪਟਿਆਲਾ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਪਰਨੀਤ ਕੌਰ ਕਾਂਗਰਸ ਦੇ, ਅਤੇ ਪਰ ਉਹ ਪਿਛਲੇ ਦਿਨਾਂ ਤੋਂ ਘਰ ਵਾਲਾ ਭਾਜਪਾ 'ਚ ਅਤੇ ਆਪ ਵੀ ਭਾਜਪਾ ਹੀ ਨੇ, ਇਸ ਲਈ ਉਹ ਪਰਨੀਤ ਕੌਰ ਕਾਂਗਰਸ ਦੀ ਪਹਿਲੀ ਪਸੰਦ ਨਹੀਂ ਆ, ਪਰ ਭਾਜਪਾ ਦੀ ਪਹਿਲੀ ਪਸੰਦ ਆ। ਅੱਛਾ ਜੀ। ਭਾਜਪਾ 83% ਕਹਿ ਰਹੀ ਹੈ ਕਿ ਪਰਨੀਤ ਕੌਰ ਨੂੰ ਟਿਕਟ ਮਿਲਣੀ ਚਾਹੀਦੀ ਆ। ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਪਿਛਲੀ ਵਾਰ MP ਸੀਗੇ ਧਰਮਵੀਰ ਗਾਂਧੀ, ਉਹ ਕਾਂਗਰਸ ਦੀ ਪਹਿਲੀ ਪਸੰਦ ਨੇ ਹੁਣ 33% ਨਾਲ, ਉਹ ਸਭ ਤੋਂ ਮੂਹਰੇ ਨੇ। ਕਿਆ ਕਿਆ ਕਰਾਉਂਦੀ ਹੈ ਸਿਆਸਤ ਦੇਖੋ। ਬਿਲਕੁਲ ਉਹੀ ਤੇ ਗੱਲ ਹੈ। ਆਮ ਆਦਮੀ ਪਾਰਟੀ ਦਲਬੀਰ ਸਿੰਘ UK ਉੱਥੋਂ 24% ਨਾਲ ਦਾਅਵੇਦਾਰ ਨੇ, ਅਤੇ ਸੁਰਜੀਤ ਰੱਖੜਾ ਹੋਰੀ ਉੱਥੋਂ 54% ਨਾਲ ਅਕਾਲੀ ਦਲ ਦੇ ਦਾਅਵੇਦਾਰ ਨੇ। ਸੰਗਰੂਰ
ਸਿਮਰਜੀਤ ਮਾਨ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਾਅਵੇਦਾਰ ਨੇ ਅਤੇ ਉਹ ਆਪਣੀ ਪਾਰਟੀ ਵੱਲੋਂ ਉਹੀ ਦਾਅਵੇਦਾਰ ਨੇ ਪਰ ਅਕਾਲੀ ਦਲ ਦੇ ਦਾਅਵੇਦਾਰ ਅਕਾਲੀ ਦਲ ਪਰਮਿੰਦਰ ਢੀਂਡਸਾ ਨੇ ਉਹਦਾ ਹੀ ਨਤੀਜਾ ਜਿਹੜੀ ਜੱਫੀਆਂ ਪੈਣ ਦੀਆਂ ਖਬਰਾਂ ਆ ਰਹੀਆਂ ਹਾਂ ਬਿਲਕੁਲ ਸੋ ਅਕਾਲੀ ਦਲ ਨੇ ਸਰਵੇ ਕਰਾਇਆ ਕਿ ਉੱਥੋਂ ਜੇ ਜਿੱਤ ਸਕਦਾ ਪਰਮਿੰਦਰ ਢੀਂਡਸਾ ਜਿੱਤ ਸਕਦਾ ਸੋ ਇਸ ਲਈ ਉਹਨਾਂ ਨੂੰ ਲੱਗਿਆ ਕਿ ਮੈਨੂੰ ਵੀ ਅਕਾਲੀ ਦਲ ਕਿ ਨਹੀਂ ਜਾਣਾ ਚਾਹੀਦਾ ਉਹਨੂੰ ਵੀ ਇੱਧਰ ਹੋਣਾ ਚਾਹੀਦਾ ਸੋ ਹੋ ਸਕਦਾ ਜਦੋਂ ਤੱਕ ਆਪਣਾ ਪ੍ਰੋਗਰਾਮ ਚੱਲੇ ਤਦ ਤੱਕ ਫਾਈਨਲ ਹੋ ਜਾਵੇ ਕੰਮ ਸੋ ਅਕਾਲੀ ਦਲ ਵੱਲੋਂ 75% ਦਾਅਵੇਦਾਰ ਪਰਮਿੰਦਰ ਢੀਂਡਸਾ ਠੀਕ ਹੈ ਜੀ ਠੀਕ ਹੈ ਜੀ ਅਤੇ ਇਸੇ ਤਰ੍ਹਾਂ ਮਤਲਬ ਕਿ ਜੇਕਰ ਤੁਸੀਂ ਗੱਲ ਕਰੋ ਕਾਂਗਰਸ ਦਾ ਵਿਜੇਂਦਰ ਸਿੰਗਲਾ 64% ਉੱਥੋਂ ਦਾਅਵੇਦਾਰ ਹੈ ਅਮਨ ਅਰੋੜਾ 43% ਹੋਣਾ ਜਦੋਂ ਕਿ ਹੁਣ ਮੈਨੂੰ ਲੱਗਦਾ ਚੋਣ ਨਹੀਂ ਲੜੇਗਾ ਹੈ ਅਤੇ ਅਰਵਿੰਦ ਖੰਨਾ ਭਾਜਪਾ ਵੱਲੋਂ 37% ਨਾਲ ਦਾਅਵੇਦਾਰ ਹੈ ਤੋ ਇੰਝ ਮਤਲਬ ਕਿ ਹਾਲਤ ਇਹ ਹੈ ਕਿ ਦੋ ਨੇ ਅਕਾਲੀ ਦਲ ਦੇ ਦੋ ਇਹ ਦਾਅਵੇਦਾਰ ਨੇ ਕਾਂਗਰਸ ਦੇ ਦੋ ਹੀ ਨੇ ਦਾਅਵੇਦਾਰ ਜਿਹੜੇ ਆਪਣੀ ਸੀਟ ਦਵਾਗੇ ਇੱਕ ਬਿੱਟੂ ਹੈਗਾ ਮੰਨ ਲਓ ਅਤੇ ਇੱਕ ਆਪਣਾ ਮਨੀਸ਼ ਤਿਵਾੜੀ ਹੈਗਾ ਬਾਕੀ ਦਾਅਵੇਦਾਰ ਪਹਿਲੀ 'ਚ ਨਹੀਂ ਹੈਗੇ ਭਾਜਪਾ ਦਾ ਇੱਕ ਸੋਮ ਪ੍ਰਕਾਸ਼ ਦਾਅਵੇਦਾਰ ਹੈ ਸੰਨੀ ਦਿਓਲ ਦੂਜਾ ਦਾਅਵੇਦਾਰ ਨਹੀਂ ਹੈ ਆਪ ਦਾ ਇੱਕੋ ਦਾਅਵੇਦਾਰ ਹੈ ਅਤੇ ਜਦੋਂ ਕਿ ਮਾਨ ਵੀ ਦਾਅਵੇਦਾਰ ਹੈਗੇ ਪ੍ਰਨੀਤ ਕੌਰ ਵੀ ਦਾਅਵੇਦਾਰ ਹੈਗੇ ਪਰ ਪ੍ਰਨੀਤ ਕੌਰ ਆਪਣੀ ਪਾਰਟੀ ਦੀ ਨਹੀਂ ਹੈ ਸੋ ਇਸ ਲਈ ਇਹ ਹੱਸੋਣੀ ਸਥਿਤੀ ਹੈ ਕਿ ਮੌਜੂਦਾ 6 ਅਤੇ 7 MP ਆਪਣੀ ਪਾਰਟੀ ਦੀ ਵੀ ਪਹਿਲੀ ਪਸੰਦ ਨਹੀਂ ਲੋਕਾਂ ਦੀ ਕੀ ਬਣਨਗੇ ਸੋ ਉਹਨਾਂ ਦੀ ਟਿਕਟ ਦੇ ਉੱਤੇ ਵੀ ਖਤਰਾ ਇਹਦਾ ਮਤਲਬ ਅਤੇ ਇਹਦਾ ਰੀਜ਼ਨ ਕੀ ਮੰਨਦੇ ਹੋ ਕਿ ਕੰਮ ਨਹੀਂ ਹੋਇਆ ਉੱਥੇ ਇਲਾਕੇ ਜਾਂ ਲੋਕਾਂ ਦੀ ਜਿਹੜੀ ਹਵਾ ਗਈ ਜਾਂ ਲੋਕਾਂ ਦੀ ਆਵਾਜ਼ ਹੋਰ ਪਾਸੇ ਨੂੰ ਜਾ ਰਹੀ ਹੈ ਤਾਂ ਕਰਕੇ ਕਈ ਪਹਿਲੂ ਹੁੰਦੇ ਨੇ ਇੱਕ ਪਹਿਲੂ ਨਹੀਂ ਹੁੰਦਾ ਕੰਮ ਵੀ ਪਹਿਲੂ ਹੁੰਦਾ ਪਾਰਟੀ ਪਹਿਲੂ ਵੀ ਹੁੰਦੀ ਹੈ ਤੁਹਾਡਾ ਵਰਤ ਵਰਤਈਆ ਵੀ ਪਹਿਲੂ ਹੁੰਦਾ ਤੁਸੀਂ ਲੋਕਾਂ 'ਚ ਕਿਵੇਂ ਵਿਚਰੇ ਉਹ ਵੀ ਹੈ ਸਰਕਾਰ ਕਿਹਦੀ ਬਣ ਰਹੀ ਹੈ ਉਹ ਵੀ ਹੈ ਪੰਜਾਬ 'ਚ ਸਰਕਾਰ ਕਿਹਦੀ ਹੈ ਉਹਦੀ ਵੀ ਹੈ ਇਲਾਕੇ 'ਚ ਕੌਣ ਅੱਗੇ ਕੰਮ ਕਰ ਰਿਹਾ ਉਹ ਵੀ ਹੈ ਬਹੁਤ ਇਫੈਕਟ ਹੁੰਦੇ ਨੇ ਓਕੇ ਓਕੇ ਜੀ ਸਾਰੇ ਫੈਕਟਰ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਅੱਜ ਇੱਕ ਤੇ ਸਦਨ ਦੇ ਵਿੱਚ ਬੀਤੇ ਦਿਨ ਜੋ ਕੁਝ ਹੋਇਆ ਉਹਦੇ ਤੇ ਗੱਲ ਕਰਨੀ ਬੜੀ ਜ਼ਰੂਰੀ ਸੀ ਉਹਦੇ ਤੇ ਗੱਲਬਾਤ ਕੀਤੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਲਈ ਬੜੀ ਫਿਕਰਮੰਦੀ ਵਾਲੀ ਗੱਲ ਹੈ ਕਿ ਹਰ ਰੋਜ਼ ਸਾਨੂੰ 50-60 ਕਰੋੜ ਰੁਪਈਆ ਜਿਹੜਾ ਉਹ ਸਿਰਫ ਔਰ ਸਿਰਫ ਵਿਆਜ ਦੇ ਲਈ ਜਿਹੜਾ ਅਸੀਂ ਕਰਜ਼ਾ ਲਿਆ ਹੋਇਆ ਉਹਦੇ ਵਿਆਜ ਦੇ ਲਈ ਹਰ ਰੋਜ਼ ਦਾ ਕੱਢਣਾ ਪੈਂਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਇੱਕ ਦਿਨ ਦੀ ਗੱਲ ਇੰਨੀ ਹੈ ਤਾਂ ਮਹੀਨੇ ਦੀ ਗੱਲ ਕਿੰਨੀ ਹੋਏਗੀ ਤਾਂ ਫਿਰ ਸਾਲ ਦੀ ਗੱਲ ਕਿੰਨੀ ਹੋਏਗੀ ਤਾਂ ਫਿਰ ਅਗਲੇ ਜੇਕਰ ਆਪਾਂ 5 ਸਾਲ ਦਾ ਕਦੇ ਕਦੇ ਆਪਾਂ ਬਿਓਰਾ ਲੈ ਕੇ ਚੱਲਦੇ ਹੁੰਦੇ ਹਾਂ ਤਾਂ 5 ਸਾਲਾਂ ਦੇ ਵਿੱਚ ਉਹ ਗੱਲ ਕਿੱਥੇ ਤੱਕ ਪਹੁੰਚੇਗੀ ਜ਼ਰੂਰ ਇਹ ਫਿਕਰਮੰਦੀ ਵਾਲੀ ਗੱਲ ਹੈ ਇਹਦੇ 'ਤੇ ਡਿਬੇਟ ਵੀ ਕੀਤੀ ਜਾਣੀ ਚਾਹੀਦੀ ਹੈ ਡਿਬੇਟ ਦਾ ਵਿਸ਼ਾ ਬਣ ਚੁੱਕਿਆ ਪਰ ਤਰਾਸਦੀ ਇਹੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਗੱਲਾਂ ਨਹੀਂ ਹੁੰਦੀਆਂ ਹਾਲਾਂਕਿ ਤੂੰ ਮੈਂ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ ਦੀਪਕ ਜੀ ਨੇ ਜਿਵੇਂ ਸਾਨੂੰ ਦੱਸਿਆ ਕਿ ਪਜਾਮਿਆਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜਿੰਦਿਆਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਸੋਨੇ ਦੇ ਬਿਸਕੁਟਾਂ ਦੀਆਂ ਬੱਸਾਂ ਦੀਆਂ ਬਾਟੀਆਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਇਹ ਜਿਹੜੇ ਅਸਲ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਨਹੀਂ ਹੁੰਦੀ ਇਹਨਾਂ 'ਤੇ ਗੱਲਬਾਤ ਕੀਤੀ ਜਾਣੀ ਬੇਹੱਦ ਜ਼ਰੂਰੀ ਬਣ ਗਈ ਹੈ ਜੇਕਰ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਤੂੰ ਮੈਂ ਹੁੰਦੀ ਹੈ ਹੋ ਸਕਦਾ ਇਹ ਵੀ ਸਾਨੂੰ ਸਦਨ ਦੇ ਵਿੱਚ ਹੁੰਦੀ ਨਾ ਸੁਣਿਆ ਕਰੇ ਸੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਸ ਤਰੀਕੇ ਦੇ ਨਾਲ ਅਸੀਂ ਚਰਚਾ ਕਰਦੇ ਰਹਿੰਦੇ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਦਾ ਤਾਂ ਜ਼ਰੂਰ ਟਿੱਪਣੀ ਕਰਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਸੋ ਤੁਸੀਂ ਜਿਹੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ।